ਅੱਜ ਮੈਂ ਇੱਕ ਬਹੁਤ ਅਹਿਮ ਮਸਲਾ ਬੜਾ ਗੰਭੀਰ ਵੀ ਆ, ਜਿਸ ਦੇ ਵਿੱਚ ਸਾਰੇ ਦਾ ਸਾਰਾ ਸਿੱਖ ਪੰਥ ਸਾਰੀ ਦੁਨੀਆ ਦੇ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਉਹ ਆ ਜਿਹੜੇ ਟਕਸਾਲ ਦੇ ਪੈਰੋਕਾਰ ਆ, ਸੰਤ ਸਮਾਜ ਦੇ ਪੈਰੋਕਾਰ ਆ, ਔਰ ਦੂਸਰੇ ਪਾਸੇ ਢੱਡਰੀਆਂ ਵਾਲੇ ਹੈਗੇ ਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਉਹ ਆਪਣੀ ਗੱਲ ਕਹਿ ਰਹੇ ਆ ਕਿ ਸਿੱਖੀ ਉਹਨਾਂ ਦੇ ਮੁਤਾਬਕ, ਉਹਨਾਂ ਦੀ ਅੰਡਰਸਟੈਂਡਿੰਗ ਦੇ ਮੁਤਾਬਕ, ਉਹਨਾਂ ਦੇ ਸਮੇਂ ਦੇ ਮੁਤਾਬਕ ਅਸਲੀ ਸਿੱਖੀ ਉਹ ਆ। ਦੂਸਰੇ ਪਾਸੇ ਜਿਹੜੇ ਉਹਨਾਂ ਦੀ ਮੁਖਾਲਫਤ ਕਰ ਰਹੇ ਆ ਟਕਸਾਲ ਵਾਲੇ, ਉਹ ਉਹਨਾਂ ਨੂੰ ਹਰ ਪਹਿਲੂ 'ਤੇ ਕ੍ਰਿਟੀਸਾਈਜ਼ ਕਰ ਰਹੇ ਆ, ਕ੍ਰਿਟੀਸਾਈਜ਼ ਵੀ ਕਰ ਰਹੇ ਆ ਔਰ ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਵੀ ਜਿਹੜੀਆਂ ਕਿਸੇ ਵੀ ਸੱਭਿਆ ਸਮਾਜ ਦੇ ਵਿੱਚ ਐਕਸੈਪਟੇਬਲ ਨਹੀਂ ਹੋ ਸਕਦੀਆਂ। ਕਿਸੇ ਬੰਦੇ ਨੂੰ ਮਾਰਨ ਦੀ ਧਮਕੀ ਦੇਣੀ ਜਾਂ ਉਹਦਾ ਫਿਜ਼ੀਕਲ ਨੁਕਸਾਨ ਕਰਨਾ, ਇਹ ਕਿਸੇ ਸੱਭਿਆ ਜਿਹੜਾ ਸਮਾਜ ਆ ਉਸ ਦਾ ਹਿੱਸਾ ਨਹੀਂ ਹੈ। ਹਰ ਇੱਕ ਬੰਦੇ ਨੂੰ ਜਿਹੜੀਆਂ ਰੌਹ ਰੀਤਾਂ ਗੁਰੂਆਂ ਨੇ ਆਪਣੇ ਪੀਰੀਅਡ ਦੇ ਵਿੱਚ ਐਸਟੈਬਲਿਸ਼ ਕੀਤੀਆਂ ਔਰ ਉਹੀ ਉਹਨਾਂ ਨੇ ਆਪਣੀਆਂ ਕਰਕੇ ਦਿਖਾਈਆਂ ਕਿ ਕਿਸੇ ਵੀ ਬੰਦੇ ਦਾ ਜਨਮ ਅਧਿਕਾਰ ਹੈ ਕਿ ਆਪਣੀਆਂ ਰੌਹ ਰੀਤਾਂ ਦੇ ਮੁਤਾਬਕ ਆਪਣੇ ਧਰਮ ਨੂੰ ਜਿਸ ਤਰ੍ਹਾਂ ਉਹ ਮਨਾਉਣਾ ਚਾਹੁੰਦਾ ਉਸ ਤਰ੍ਹਾਂ ਮਨਾਵੇ। ਗੁਰੂ ਨਾਨਕ ਪਾਤਸ਼ਾਹ ਜਿਹੜਾ ਜਨੇਊ ਆ ਉਸ ਨੂੰ ਡਿਨਾਈ ਕਰ ਰਹੇ ਆ, ਉਹ ਜਨੇਊ ਪਹਿਨਣ ਤੋਂ ਇਨਕਾਰੀ ਹੈਗੇ ਆ। ਉਸਦੋਂ ਨੌਵੇਂ ਪਾਤਸ਼ਾਹ ਕੀ ਕਹਿ ਰਹੇ ਆ ਕਿ ਜਨੇਊ ਪਾਉਣਾ ਹਿੰਦੂਆਂ ਦਾ ਧਾਰਮਿਕ ਜੋ ਹੈ ਪਰੰਪਰਾ ਹੈ ਔਰ ਉਹਨਾਂ ਨੂੰ ਇਸ ਗੱਲ ਦੀ ਖੁੱਲ੍ਹ ਹੋਣੀ ਚਾਹੀਦੀ ਆ, ਇਸ 'ਤੇ ਕਿਸੇ ਕਿਸਮ ਦੀ ਸਰਕਾਰੀ ਤੌਰ 'ਤੇ ਜਾਂ ਗੈਰ ਸਰਕਾਰੀ ਤੌਰ 'ਤੇ ਬੰਦਿਸ਼ ਨਹੀਂ ਚਾਹੀਦੀ। ਉਹ ਆਪਣੀ ਸ਼ਹਾਦਤ ਦੇ ਰਹੇ ਆ ਕਿਸ ਗੱਲ ਦੇ ਉੱਤੇ, ਫਰੀਡਮ ਆਫ ਐਕਸਪ੍ਰੈਸ਼ਨ ਆਫ ਰਿਲੀਜਨ। ਤੋ ਅੱਜ ਦੀ ਜਿਹੜੀ ਇਹ ਡਿਬੇਟ ਹੈ ਇਹ ਵੀ ਮਤਲਬ ਬਹੁਤ ਜ਼ਿਆਦਾ ਸੀਰੀਅਸ ਹੈ ਔਰ ਇਸ ਨੂੰ ਜੇ ਅੱਜ ਇਹ ਕਿਸੇ ਤਰੀਕੇ ਦੇ ਕਿਸੇ ਚੰਗੇ ਨਤੀਜੇ 'ਤੇ ਨਹੀਂ ਪਹੁੰਚਦੀ, ਇਹਦੇ ਨਾਲ ਕੋਈ ਸਿੱਖਾਂ ਦਾ ਫਿਜ਼ੀਕਲ ਨੁਕਸਾਨ ਔਰ ਟਕਰਾਓ ਵਿੱਚ ਵੀ ਆ ਸਕਦੇ, ਇੱਕ ਦੋਨੇ ਧੜੇ ਆਪਸ ਦੇ ਵਿੱਚ। ਸਾਰੇ ਸਿੱਖ ਜਗਤ ਨੂੰ ਜਿਹੜੇ ਸਿੱਖੀ ਅਤੇ ਸਿੱਖਾਂ ਲਈ ਚਿੰਤਿਤ ਹੈਗੇ ਆ ਉਹਨਾਂ ਨੂੰ ਫਿਕਰ ਹੈ ਇਸ ਗੱਲ ਦਾ ਵੀ ਇਹ ਕਿਤੇ ਧੜੇ ਆਪਸ 'ਚ ਭਿੜ ਕੇ ਖੂਨ ਖਰਾਬਾ ਨਾ ਕਰਨ ਔਰ ਉਹ ਇਹ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਇਹਨਾਂ ਦਾ ਐਮੀਕੇਬਲ ਸੈਟਲਮੈਂਟ ਹੋ ਜਾਵੇ, ਆਪਣਾ ਵੈਰ ਵਿਰੋਧ ਖਤਮ ਕਰਕੇ ਆਪਣਾ ਆਪਣਾ ਜੋ ਇਹਨਾਂ ਦਾ ਪ੍ਰਚਾਰ ਦਾ ਜੋ ਵੀ ਇਹਨਾਂ ਦਾ ਕੰਮ ਆ ਉਹ ਪ੍ਰਚਾਰ ਕਰਨ, ਲੇਕਿਨ ਪ੍ਰਚਾਰ ਦੇ ਕੁਛ ਆਧਾਰ ਹੈਗੇ ਆ। ਹੁਣ ਬੇਸਿਕਲੀ ਗੱਲ ਇਹ ਆ ਕਿ ਜਿਹੜੇ ਟਕਸਾਲੀ ਹੈਗੇ ਆ ਉਹ ਮਤਲਬ ਸਿਰਫ ਅਤੇ ਸਿਰਫ ਟਰੈਡੀਸ਼ਨ ਦੇ ਬੇਸਿਸ ਦੇ ਉੱਤੇ ਹੀ ਸਿੱਖੀਜ਼ਮ ਦੀ ਇੰਟਰਪ੍ਰਟੇਸ਼ਨ ਨੂੰ ਮੰਨਦੇ ਆ ਔਰ ਉਹ ਜਿਹੜੀ ਟਕਸਾਲ ਦੀ ਇੰਟਰਪ੍ਰਟੇਸ਼ਨ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ, ਉਸ ਨੂੰ ਅੱਗੇ ਰੱਖਦੇ ਹੋਏ ਉਹ ਇਹੀ ਕਹਿ ਰਹੇ ਆ ਕਿ ਇਹ ਸਹੀ ਇੰਟਰਪ੍ਰਟੇਸ਼ਨ ਹੈ। ਉਸ ਦੇ ਨਾਲ ਹੀ ਉਹਨਾਂ ਨੇ ਪ੍ਰਮਾਣਿਕ ਰਹਿਤ ਮਰਿਆਦਾ ਨੂੰ ਛੱਡ ਕੇ, ਜਿਹੜੀ ਸਿੱਖ ਪੰਥ ਦੀ ਪ੍ਰਮਾਣਿਕ ਰਹਿਤ ਮਰਿਆਦਾ ਹੈ, ਐਸਟੈਬਲਿਸ਼ਡ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਦੇ ਉੱਤੇ ਮੋਹਰ ਲੱਗੀ ਹੋਈ ਹੈ, ਉਸ ਨੂੰ ਛੱਡ ਕੇ ਉਹਨਾਂ ਨੇ ਆਪਣੀ ਰਹਿਤ ਮਰਿਆਦਾ ਪ੍ਰਚਲਿਤ ਕਰ ਲਈ ਹੈ ਜਿਹੜੀ ਕਿਸੇ ਵੀ ਕੀਮਤ ਦੇ ਉੱਤੇ ਕਬੂਲ ਨਹੀਂ ਹੋ ਸਕਦੀ ਔਰ ਇਸ ਕਰਕੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਜੋ ਵੀ ਮਤਲਬ ਗੁਨਾਹ ਕਹਿ ਲਓ
ਜੋ ਵੀ ਉਹਨਾਂ ਦਾ ਗਲਤ ਪੋਜੀਸ਼ਨ ਹੈਗੀ ਹੈ ਇਸ ਗੱਲ 'ਤੇ ਹੈਗੀ ਹੈ। ਇਸੇ ਤਰੀਕੇ ਨਾਲ ਜਿਹੜਾ ਸੰਤ ਸਮਾਜ ਆ ਉਹਨਾਂ ਨੇ ਜਗ੍ਹਾ ਜਗ੍ਹਾ ਜਾ ਕੇ ਆਪਣੀਆਂ ਰਹਿਤ ਮਰਿਆਦਾ ਬਣਾ ਲਈਆਂ। ਦੂਜੇ ਪਾਸੇ ਜਿਹੜੇ ਸੰਤ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਆ, ਉਹ ਹਰ ਚੀਜ਼ ਨੂੰ, ਚਾਹੇ ਤਾਂ ਸਿੱਖ ਇਤਿਹਾਸ ਆ, ਚਾਹੇ ਸਿੱਖ ਧਰਮ ਆ, ਚਾਹੇ ਗੁਰੂ ਦੀ ਮਰਿਆਦਾ ਹੈਗੀ ਆ, ਉਸ ਦੇ ਉਲਟ ਜਾ ਕੇ ਉਸ ਨੂੰ ਹਰ ਚੀਜ਼ ਨੂੰ ਤਰਕ ਦੇ ਉੱਤੇ, ਲੌਜਿਕ ਦੇ ਉੱਤੇ, ਰੀਜ਼ਨ ਦੇ ਉੱਤੇ, ਰੈਸ਼ਨੈਲਿਟੀ ਦੇ ਉੱਤੇ, ਸਾਇੰਟੀਫਿਕ ਐਕਸਪਲੇਨੇਸ਼ਨ ਦੇ ਉੱਤੇ ਉਸ ਚੀਜ਼ ਨੂੰ ਮੇਜ਼ਰ ਕਰਨਾ ਚਾਹੁੰਦੇ ਆ ਵੀ ਜਿਹੜੀ ਚੀਜ਼ ਤਰਕ ਦੇ ਉੱਤੇ ਆਉਂਦੀ ਆ ਉਹ ਤੁਸੀਂ ਐਕਸੈਪਟ ਕਰ ਲਓ, ਜਿਹੜੀ ਤਰਕ ਦੇ ਉੱਤੇ ਨਹੀਂ ਐਕਸਪਲੇਨ ਹੁੰਦੀ ਉਸ ਨੂੰ ਤੁਸੀਂ ਰਿਜੈਕਟ ਕਰ ਦਿਓ। ਮੈਂ ਤਾਂ ਇੱਕ ਛੋਟਾ ਜਿਹਾ ਮਤਲਬ ਇਤਿਹਾਸ ਦਾ ਵਿਦਿਆਰਥੀ ਹਾਂ, ਧਰਮ ਦੀ ਮੈਨੂੰ ਬਹੁਤ ਥੋੜ੍ਹੀ ਬਹੁਤੀ ਨੌਲੇਜ ਹੈ, ਪਰ ਮੈਂ ਨਹੀਂ ਕਲੇਮ ਕਰਦਾ ਕਿ ਮੇਰੇ ਕੋਲ ਸਾਰੀ ਧਰਮ ਦੀ ਗੁਰੂ ਗ੍ਰੰਥ ਸਾਹਿਬ ਦੀ ਅੰਡਰਸਟੈਂਡਿੰਗ ਆ, ਗੁਰੂ ਦੇ ਜੋ ਸ਼ਬਦ ਹੈ ਉਸ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਿਆ ਹਾਂ, ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ। ਦੇਖੋ ਗੱਲ ਇਹ ਆ, ਜਿਹੜੀ ਚੀਜ਼ ਟੋਟਲੀ ਗੈਰ ਤਰਕ ਤੋਂ ਚੱਲੀ ਆ ਰਹੀ ਹੈ ਉਹ ਡੋਗਮਾ ਹੋ ਸਕਦਾ ਹੈ, ਉਹ ਸੁਪਰਸਟੀਸ਼ਨ ਹੋ ਸਕਦੀ ਹੈ, ਉਸ ਵਿੱਚ ਬਲਾਈਂਡ ਫੇਥ ਹੋ ਸਕਦਾ ਹੈ। ਜਿਹੜਾ ਅੱਜ ਦਾ ਯੁੱਗ ਮਾਡਰਨ ਏਜ ਆ ਉਸ ਨੂੰ ਕਿਸੇ ਕੀਮਤ 'ਤੇ ਐਕਸੈਪਟ ਨਹੀਂ ਕਰਦੀ, ਪਰ ਕੁਝ ਚੀਜ਼ਾਂ ਇਸ ਕਿਸਮ ਦੀਆਂ ਹਨ ਜਿਹੜੀਆਂ ਚੀਜ਼ਾਂ ਮਤਲਬ ਬਿਲੀਫ ਸਿਸਟਮ ਦੇ ਵਿੱਚ ਆਉਂਦੀਆਂ, ਧਰਮ ਬਿਲੀਫ ਸਿਸਟਮ ਹੈ, ਵਿਸ਼ਵਾਸ 'ਤੇ ਆਧਾਰਿਤ ਹੈ। ਤੋ ਅੱਜ ਜੇ ਅਸੀਂ ਸਿੱਧੇ ਤੌਰ ਦੇ ਉੱਤੇ ਗੱਲ ਕਰਦੀ ਹੈ ਵੀ ਹਰ ਚੀਜ਼ ਨੂੰ ਤਰਕ 'ਤੇ ਤੁਸੀਂ ਮੇਜ਼ਰ ਕਰ ਲਓ, ਇਹ ਗੱਲ ਹੋ ਨਹੀਂ ਸਕਦੀ। ਜੇ ਤਰਕ ਦੇ ਉੱਤੇ ਤੁਸੀਂ ਦੇਖੋਗੇ ਤਾਂ ਦਰਬਾਰ ਸਾਹਿਬ ਤਾਂ ਬ੍ਰਿਕ ਐਂਡ ਮੋਰਟਰ ਹੈ ਨਾ, ਬਿਲਡਿੰਗ ਹੈ, ਪੱਥਰ ਦੀ, ਇੱਟਾਂ ਦੀ, ਚੂਨੇ ਦੀ, ਪੱਥਰ ਦੀ ਬਿਲਡਿੰਗ ਹੈਗੀ ਆ। ਦਰਬਾਰ ਸਾਹਿਬ ਸਿੱਖਾਂ ਦੇ ਲਈ ਬਿਲਡਿੰਗ ਨਹੀਂ ਹੈ, ਉਹ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ, ਸਿੱਖਾਂ ਦੇ ਬਿਲੀਫ ਸਿਸਟਮ ਦੀ ਕੇਂਦਰ ਹੈ, ਔਰ ਸਿੱਖ ਭਾਵਨਾਵਾਂ ਦਾ ਉਹ ਬਹੁਤ ਵੱਡਾ ਇੱਕ ਸਤਿਕਾਰਿਤ ਜਗ੍ਹਾ ਹੈ, ਸਥਾਨ ਹੈ, ਜਿੱਥੇ ਗੁਰੂ ਨੇ ਆਪ ਉਸ ਨੂੰ ਸਾਜਿਆ ਹੈ, ਆਪ ਸਿਰਜਿਆ ਹੈ, ਔਰ ਆਪ ਆ ਕੇ ਕਿਹਾ। ਜਦੋਂ ਅਸੀਂ ਗੁਰੂ ਨੂੰ ਕਹਿੰਦੇ ਹਾਂ ਵੀ ਉਹ ਪਾਤਸ਼ਾਹ, ਸੱਚਾ ਪਾਤਸ਼ਾਹ, ਜੇ ਸੱਚਾ ਪਾਤਸ਼ਾਹ ਕਿਸੇ ਮੰਦਰ 'ਚ ਤਾਂ ਜਾਏਗਾ ਨਹੀਂ, ਸੱਚਾ ਪਾਤਸ਼ਾਹ ਤਾਂ ਬੈਠੇਗਾ ਦਰਬਾਰ ਦੇ ਵਿੱਚ। ਸੋ ਗੁਰੂ ਦਾ ਸਾਜਿਆ ਹੋਇਆ ਦਰਬਾਰ ਆ, ਜਿੱਥੇ ਜਿਹੜਾ ਦਰਬਾਰ ਸਾਹਿਬ ਹੈ ਉਹ ਬਿਲਡਿੰਗ ਨਹੀਂ ਹੈ, ਔਰ ਉਸ ਦੇ ਜ਼ਰੇ ਜ਼ਰੇ ਦੇ ਵਿੱਚ ਸਿੱਖਾਂ ਦੀ ਸ਼ਹਾਦਤਾਂ ਦਾ ਖੂਨ ਆ, ਜ਼ਰੇ ਜ਼ਰੇ ਦੇ ਵਿੱਚ ਸਿੱਖਾਂ ਦਾ ਇਤਿਹਾਸ ਆ, ਔਰ ਜ਼ਰੇ ਜ਼ਰੇ ਦੇ 'ਚ ਸਿੱਖ ਸਿਧਾਂਤ ਹੈ ਉਸ ਦੇ ਵਿੱਚ ਛਿਪਿਆ ਹੋਇਆ, ਜਿਹੜਾ ਕਿ ਸਿੱਖ ਆ ਉਸ ਨੂੰ ਮੰਨਦੇ ਆ, ਸਿੱਖਾਂ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ, ਸਿੱਖ ਨਤਮਸਤਕ ਹੁੰਦੇ ਆ ਉੱਥੇ, ਰੋਜ਼ਾਨਾ ਲੱਖਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਾਂਦੇ ਆ, ਔਰ ਉਹ ਜਿਹੜੀ ਮਰਿਆਦਾ ਗੁਰੂ ਨੇ ਰੱਖੀ ਆ ਉਸ ਨੂੰ ਉਹ ਪ੍ਰਵਾਨ ਕਰਕੇ ਉਸ ਦੇ ਉੱਤੇ ਫੁੱਲ ਚੜ੍ਹਾਉਂਦੇ। ਤੋ ਇਸ ਕਿਸਮ ਦੀ ਗੱਲ ਕਹਿ ਦੇਣੀ ਵੀ ਅਕਾਲ ਤਖ਼ਤ ਆ ਜਿਹੜਾ ਇਹ ਇੰਸਟੀਟਿਊਸ਼ਨ ਹੈਗੇ ਆ, ਮਾਫ਼ ਕਰਨਾ, ਖਾਸ ਤੌਰ 'ਤੇ ਜੇ ਇਸ ਨੂੰ ਲੌਜਿਕ ਅਤੇ ਰੀਜ਼ਨ ਦੇ ਨਾਲ ਸਮਝੋਗੇ ਤਾਂ ਇਹ ਗੱਲ ਸਮਝ ਨਹੀਂ ਆ ਸਕਦੀ। ਇਹ ਗੱਲ ਦਾ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਉਹਨਾਂ 'ਚ ਸਪਿਰਿਟ ਹੁੰਦੀ, ਇੱਕ ਹੁੰਦਾ ਮੈਟਰ, ਇੱਕ ਹੁੰਦੀ ਹੈ ਸਪਿਰਿਟ। ਜੇ ਤੁਸੀਂ ਉਸ ਨੂੰ ਮਤਲਬ ਇਹ ਕਹੋਗੇ ਬਿਲਡਿੰਗ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ, ਤਾਂ ਮੈਂ ਕਹੂੰਗਾ ਉਹ ਇੰਸਟੀਟਿਊਸ਼ਨ ਆ, ਔਰ ਉਸ ਇੰਸਟੀਟਿਊਸ਼ਨ ਦੇ ਵਿੱਚ ਇੱਕ ਸਪਿਰਿਟ ਆ। ਇਸੇ ਤਰੀਕੇ ਦੇ ਨਾਲ ਸ਼੍ਰੀ ਮਤਲਬ ਦਰਬਾਰ ਸਾਹਿਬ ਆ ਜਿਹੜਾ ਉਹ ਇੱਕ ਬਿਲਡਿੰਗ ਹੈ, ਉਹ ਮੈਟਰ ਹੈ, ਲੇਕਿਨ ਮੈਟਰ ਦੇ ਵਿੱਚ ਇੱਕ ਸਪਿਰਿਟ ਵੀ ਹੈ। ਤੋ ਅੱਜ ਦੀ ਜਿਹੜੀ ਡਿਬੇਟ ਆ ਰਿਲੀਜਨ ਦੀ ਉਸ ਦੇ ਵਿੱਚ ਮੈਟਰ ਅਤੇ ਸਪਿਰਿਟ ਦੇ ਉੱਤੇ ਆਧਾਰਿਤ ਗੱਲਾਂ ਹੁੰਦੀਆਂ, ਜਿਹੜੀ ਸਪਿਰਿਟ ਤੋਂ ਬਗੈਰ ਕੋਈ ਇੰਸਟੀਟਿਊਸ਼ਨ ਹੁੰਦਾ ਨਹੀਂ, ਸਪਿਰਿਟ ਤੋਂ ਬਗੈਰ ਕੋਈ ਫੇਥ ਹੁੰਦਾ ਨਹੀਂ,
ਬਾਡੀ ਜਿਹੜਾ ਸਪਿਰਿਟ ਆ ਉਹ ਡੋਮੀਨੇਟ ਕਰਦੀ ਆ ਬਾਡੀ ਨੂੰ, ਬਾਡੀ ਨੇ ਤਾਂ ਖਤਮ ਹੋ ਜਾਣਾ, ਜਿਹੜਾ ਮੈਟਰ ਆ ਉਹ ਵੈਨਿਸ਼ ਹੋ ਜਾਏਗਾ, ਉਹ ਖਤਮ ਹੋ ਜਾਏਗਾ, ਉਹਦੀ ਕੁਛ ਆਪਣੀ ਮਿਕਦਾਰ ਹੈ, ਲੇਕਿਨ ਜਿਹੜੀ ਸਪਿਰਿਟ ਆ ਉਹ ਤਾਂ ਐਵਰਲਾਸਟਿੰਗ ਆ, ਉਹ ਕਦੇ ਖਤਮ ਨਹੀਂ ਹੋ ਸਕਦੀ, ਉਸ ਦੀ ਕੋਈ ਏਜ ਲਿਮਿਟ ਨਹੀਂ ਹੈ, ਉਹ ਉਹਨੂੰ ਅਸੀਂ ਅੰਗਰੇਜ਼ੀ ਕਹਿੰਦੇ ਇਟਰਨਲ, ਇਟਰਨਲ ਤੋਂ ਮਤਲਬ ਪਰਮਾਨੈਂਟ ਹੈਗੀ ਆ। ਤੋ ਇਹ ਚੀਜ਼ ਜਿਹੜੀ ਆ ਢੱਡਰੀਆਂ ਵਾਲੇ ਸਾਹਿਬ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਔਰ ਆਪਣੇ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਇਸ ਕਿਸਮ ਦੀ ਸਟੇਟਮੈਂਟ ਮਤ ਦਿਓ ਜਿਸ ਦੇ ਨਾਲ ਲੋਕਾਂ ਦੀ ਆਸਥਾ ਦੇ ਉੱਤੇ ਸੱਟ ਵੱਜੇ, ਲੋਕਾਂ ਦੇ ਬਿਲੀਫ ਸਿਸਟਮ ਟੁੱਟਣ, ਲੋਕਾਂ ਦੀ ਮਰਿਆਦਾ ਜਿਹੜੀ ਖਤਮ ਹੋਵੇ, ਉਹਦਾ ਉਹਨਾਂ ਦਾ ਸਤਿਕਾਰ ਉਸ ਦੇ ਨਾਲ ਖਤਮ ਹੋਵੇ, ਇਹ ਗੱਲ ਨਹੀਂ ਹੋਣੀ। ਅਸੀਂ ਆਮ ਤੌਰ 'ਤੇ ਇਹ ਗੱਲ ਕਰਦੇ ਹਾਂ ਵੀ ਲੈਟਰ ਅਤੇ ਸਪਿਰਿਟ, ਲੈਟਰ ਇੰਪੋਰਟੈਂਟ ਨਹੀਂ ਹੈ ਉਨਾ ਜਿੰਨੀ ਸਪਿਰਿਟ ਇੰਪੋਰਟੈਂਟ ਆ। ਤੋ ਸਪਿਰਿਟ ਨੂੰ ਸਮਝਣ ਦੀ ਲੋੜ ਆ, ਉਸ ਨੂੰ ਵਿਚਾਰਨ ਦੀ ਲੋੜ ਆ, ਉਸ ਦੇ ਉੱਤੇ ਵਿਸ਼ਵਾਸ ਰੱਖਣ ਦੀ ਲੋੜ ਆ। ਜਦੋਂ ਤੁਸੀਂ ਉਸ 'ਤੇ ਵਿਸ਼ਵਾਸ ਰੱਖ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਫਿਰ ਉਸ ਦੀ ਮਹਾਨਤਾ ਤੁਹਾਨੂੰ ਸਮਝ ਆ ਜਾਏਗੀ। ਤੋ ਇਸੇ ਤਰੀਕੇ ਨਾਲ ਜਦੋਂ ਗੁਰੂ ਰੱਬ ਨੂੰ ਐਕਸਪਲੇਨ ਕਰ ਰਿਹਾ ਵੀ ਰੱਬ ਹੈ ਕੀ ਚੀਜ਼, ਤਾਂ ਗੁਰੂ ਕਹਿ ਰਿਹਾ ਨਿਰਗੁਣ ਵੀ ਆ ਰੱਬ, ਸਰਗੁਣ ਵੀ ਆ। ਤੋ ਜਦੋਂ ਢੱਡਰੀਆਂ ਵਾਲੇ ਸਾਹਿਬ ਇਹ ਗੱਲ ਕਹਿੰਦੇ ਆ ਕਿ ਕੁਦਰਤ ਦੇ ਵਿੱਚ ਵੱਸਦਾ ਰੱਬ, ਇਹ ਠੀਕ ਹੈਗੀ ਆ, ਇਹ ਸਰਗੁਣ ਦੀ ਐਕਸਪਲੇਨੇਸ਼ਨ ਆ, ਲੇਕਿਨ ਜਿਹੜਾ ਰੱਬ ਆ ਉਹ ਨਿਰਗੁਣ ਵੀ ਹੈ, ਇਮਾਨੈਂਟ ਵੀ ਹੈ, ਟਰਾਂਸੀਡੈਂਟ ਵੀ ਆ, ਫਿਜ਼ੀਕਲ ਵੀ ਆ, ਮੈਟਾਫਿਜ਼ੀਕਲ ਵੀ ਆ, ਸਪਿਰਚੁਅਲ ਵੀ ਹੈ, ਮੈਟਰ ਵੀ ਹੈ। ਤੋ ਸਾਰੀ ਜਿਹੜੀ ਸਾਰਾ ਸਿੱਖ ਸਿਧਾਂਤ ਜਾਂ ਸਿੱਖ ਇਤਿਹਾਸ ਨੂੰ ਤੁਸੀਂ ਇਸ ਕਰਕੇ ਇਸ ਤਰ੍ਹਾਂ ਐਕਸਪਲੇਨ ਕਰੋਗੇ ਵੀ ਇਹ ਤਾਂ ਸਾਰਾ ਮੈਟਰ ਹੀ ਹੈ, ਇਹ ਤਾਂ ਜਿਹੜਾ ਵਿਜ਼ੀਬਲ ਆ ਉਹੀ ਆ, ਜਿਹੜਾ ਰੱਬ ਹੈ ਵਿਜ਼ੀਬਲ ਵੀ ਹੈ, ਇਨਵਿਜ਼ੀਬਲ ਵੀ ਹੈ, ਉਹ ਟਰਾਂਸੈਂਡ ਕਰਦਾ, ਉਹ ਇਮਾਨੈਂਟ ਵੀ ਹੈ, ਟਰਾਂਸੈਂਡੈਂਟ ਵੀ ਕਰਦਾ, ਉਹ ਨਿਰਗੁਣ ਵੀ ਆ, ਉਹ ਸਿਰਗੁਣ ਵੀ ਆ। ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਮੈਂ ਤਾਂ ਕੋਈ ਕਦੇ ਆਪਣੇ ਆਪ ਨੂੰ ਕਲੇਮ ਨਹੀਂ ਕਰਦਾ ਵੀ ਮੈਂ ਕੋਈ ਧਰਮ ਨੂੰ ਪੂਰੀ ਤਰ੍ਹਾਂ ਸਮਝ ਸਕਿਆ ਹਾਂ, ਮੈਂ ਤਾਂ ਹਲੇ ABC ਵੀ ਨਹੀਂ ਸਮਝ ਸਕਿਆ ਧਰਮ ਦੀ, ਪਰ ਜਿੰਨਾ ਮੈਨੂੰ ਸਮਝ ਆਈ ਆ ਉਹ ਸਮਝ ਮੈਂ ਆਪਣੇ ਤੁਹਾਡੇ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੋ ਇਹ ਡਿਬੇਟ ਇੱਥੇ ਹੀ ਨਹੀਂ, ਸਿੱਖਾਂ 'ਚ ਨਹੀਂ, ਸਾਰੀ ਦੁਨੀਆ 'ਚ ਚੱਲ ਰਹੀ ਆ, ਹਿੰਦੂਆਂ ਵਿੱਚ ਚੱਲੀ ਆ, ਹਿੰਦੂਆਂ ਵਿੱਚ ਚੱਲ ਵੀ ਰਹੀ ਆ। ਕਿਸ ਤਰੀਕੇ ਨਾਲ ਚੱਲ ਰਹੀ ਆ, ਦੇਖੋ ਬਹੁਤ ਪਹਿਲਾਂ ਜਿਹੜੇ ਵੇਦਾਂ ਨੂੰ ਮੰਨਣ ਵਾਲੇ ਸੀ, ਵੇਦ ਉਹਨਾਂ ਦੇ ਸਕ੍ਰਿਪਚਰਸ ਹੈਗੀਆਂ ਹਿੰਦੂਆਂ ਦੀਆਂ, ਜਿਹੜੇ ਵੇਦਾਂ ਨੂੰ ਮੰਨਣ ਵਾਲੇ ਸੀ ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਹੇ ਪਰਮਾਤਮਾ ਸਾਨੂੰ ਵਿਸ਼ਵਾਸ ਦੇ ਦੇ, ਸਾਨੂੰ ਫੇਥ ਦੇ ਦੇ, ਸਾਨੂੰ ਬਿਲੀਫ ਦੇ ਦੇ। ਫਿਰ ਵੇਦਾਂ ਤੋਂ ਬਾਅਦ ਉਪਨਿਸ਼ਦ ਆਏ, ਉਪਨਿਸ਼ਦ ਦੇ ਵਿੱਚ ਉਹਨਾਂ ਨੇ ਕਿਹਾ ਸਾਨੂੰ ਤਾਂ ਹਰ ਚੀਜ਼ ਅਸੀਂ ਤਰਕ ਦੇ ਉੱਤੇ ਮੇਜ਼ਰ ਕਰਨੀ ਆ, ਰੈਸ਼ਨੈਲਿਟੀ ਦੇ ਉੱਤੇ ਮੇਜ਼ਰ ਕਰਨੀ ਆ, ਅਸੀਂ ਸਾਇੰਟੀਫਿਕਲੀ ਉਸਨੂੰ ਐਕਸਪਲੇਨ ਕਰਨਾ ਅਤੇ ਸਮਝਣਾ ਅਤੇ ਸਮਝਾਉਣਾ। ਫਿਰ ਉਸ ਤੋਂ ਬਾਅਦ ਪੁਰਾਣ ਆਏ, ਦੇਖੋ ਸਵਾਮੀ ਦਯਾਨੰਦ ਆਏ 1871 ਦੇ ਵਿੱਚ ਪੰਜਾਬ ਦੇ ਵਿੱਚ, ਉਹਨਾਂ ਨੇ ਕਿਹਾ, ਉਹਨਾਂ ਦਾ ਸਾਰਾ ਆਧਾਰ ਸੀ ਕਿ ਬੈਕ ਟੂ ਦੀ ਵੇਦਾਸ, ਵੇਦਾਂ ਨੂੰ ਹੀ ਮੰਨਣਾ, ਨਾ ਤੁਸੀਂ ਉਪਨਿਸ਼ਦਾਂ, ਹਿੰਦੂਆਂ ਨੂੰ ਐਡਰੈਸ ਕਰ ਰਹੇ, ਨਾ ਤੁਸੀਂ ਉਪਨਿਸ਼ਦਾਂ ਨੂੰ ਮੰਨਣਾ, ਨਾ ਤੁਸੀਂ ਪੁਰਾਣਾਂ ਨੂੰ ਮੰਨਣਾ, ਉਪਨਿਸ਼ਦਾਂ ਪੁਰਾਣਾਂ ਨੂੰ ਤੁਸੀਂ ਬਿਲਕੁਲ ਨਕਾਰ ਦਿਓ, ਬਿਲਕੁਲ ਇੱਕ ਪਾਸੇ ਰੱਖ ਦਿਓ, ਉਹਨਾਂ 'ਚ ਕੁਛ ਨਹੀਂ ਹੈ, ਕੋਈ ਸਬਸਟੈਂਸ ਨਹੀਂ। ਫਿਰ ਉਸ ਤੋਂ ਬਾਅਦ ਵਿਵੇਕਾਨੰਦ ਆਏ, ਸਵਾਮੀ ਵਿਵੇਕਾਨੰਦ ਨੇ ਵੇਦਾਂ ਨੂੰ ਵੀ ਐਕਸੈਪਟ ਕੀਤਾ, ਉਪਨਿਸ਼ਦਾਂ ਨੂੰ ਵੀ ਐਕਸੈਪਟ ਕੀਤਾ, ਪੁਰਾਣਾਂ ਨੂੰ ਵੀ ਐਕਸੈਪਟ ਕੀਤਾ, ਆਈਡਲ ਵਰਸ਼ਿਪ ਨੂੰ ਵੀ ਐਕਸੈਪਟ ਕੀਤਾ, ਔਰ ਇੱਕ ਬੈਲੈਂਸ ਕ੍ਰੀਏਟ ਕਰਕੇ ਹਿੰਦੂ ਸਮਾਜ ਦੇ ਅੱਗੇ ਰੱਖਿਆ। ਅੱਜ ਵਿਵੇਕਾਨੰਦ ਹਿੰਦੂ ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਐਕਸੈਪਟੇਬਲ ਆ, ਇਨ ਈਵਨ
ਸਵਾਮੀ ਦਯਾਨੰਦ ਦੇ ਮੁਕਾਬਲੇ ਵਿੱਚ ਵੀ, ਮੈਂ ਕੋਈ ਉਹਨਾਂ ਦੇ ਕੰਪੈਰੀਜ਼ਨ ਨਹੀਂ ਕਰ ਰਿਹਾ, ਪਰ ਇਸ ਕਿਸਮ ਦੀ ਸਾਰੇ ਧਰਮਾਂ ਦੇ ਵਿੱਚ ਚੱਲੀ ਆ, ਮੁਸਲਮਾਨਾਂ ਦੇ ਵਿੱਚ ਸੁੰਨੀ ਮੁਸਲਿਮਾਂ, ਸ਼ੀਆ ਮੁਸਲਿਮਾਂ, ਸੂਫੀ ਮੁਸਲਿਮਾਂ, ਇਸ ਤਰ੍ਹਾਂ ਦੇ ਬਹੁਤ ਸੈਕਟ ਆ। ਇਸੇ ਤਰੀਕੇ ਦੇ ਨਾਲ ਕ੍ਰਿਸਚੈਨਿਟੀ ਦੇ ਵਿੱਚ ਕੀ ਹੈ ਜੀ, ਰੋਮਨ ਕੈਥੋਲਿਕਸ ਹੈਗੇ ਆ ਜਿਹੜੇ ਟ੍ਰੈਡੀਸ਼ਨ ਨੂੰ ਮੰਨਦੇ ਆ, ਜਿਹੜੇ ਬਿਲੀਫ ਸਿਸਟਮ ਦੇ ਵਿੱਚ ਆਪਣਾ ਇਤਮਿਨਾਨ ਰੱਖਦੇ ਆ, ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜੀ ਰੈਸ਼ਨੈਲਿਟੀ ਆ, ਜਿਸ ਤਰ੍ਹਾਂ ਪ੍ਰੋਟੈਸਟੈਂਟ ਆ ਜਿਹੜੇ, ਉਹ ਉਸ ਚੀਜ਼ ਨੂੰ ਕਈਆਂ ਨੂੰ ਨਹੀਂ ਮੰਨਦੇ, ਉਹ ਸਮਝਦੇ ਆ ਡੋਗਮਾ ਹੈ, ਉਹ ਸਮਝਦੇ ਆ ਇਹ ਸਾਰੀ ਚੀਜ਼ ਕੋਈ ਇਸ ਦਾ ਕੋਈ ਆਧਾਰ ਨਹੀਂ, ਜਿਹੜੇ ਪ੍ਰੋਟੈਸਟੈਂਟ ਆ। ਅਤੇ ਲੇਕਿਨ ਦੋਨੇ ਪਾਸੇ ਦੋਨੇ ਚੀਜ਼ਾਂ ਪੈਰਲਲ ਚੱਲ ਰਹੀਆਂ ਸਾਰੀ ਦੁਨੀਆ ਦੇ, 65 ਸੈਕਟ ਆ ਮੁਸਲਮਾਨਾਂ ਦੇ, ਤੋ ਸਿੱਖਾਂ ਦੇ ਵਿੱਚ ਵੀ ਇਹ ਦੋਨੇ ਚੀਜ਼ਾਂ ਪ੍ਰਚਲਿਤ ਹੈਗੀ। ਕੀ ਪ੍ਰਚਲਿਤ ਆ? ਰੈਸ਼ਨੈਲਿਟੀ ਵੀ ਪ੍ਰਚਲਿਤ ਆ, ਉਹ ਵੀ ਐਕਸੈਪਟੇਬਲ ਆ, ਪਰ ਉਹਦੇ ਕੋਈ ਉਹਦੀਆਂ ਕੋਈ ਲਿਮਿਟਸ ਆ। ਇਸੇ ਤਰੀਕੇ ਦੇ ਨਾਲ ਸਪਿਰਚੁਅਲਿਜ਼ਮ ਆ, ਇਸੇ ਤਰੀਕੇ ਨਾਲ ਡੋਗਮਾਟਿਜ਼ਮ ਆ, ਇਸੇ ਤਰੀਕੇ ਨਾਲ ਟ੍ਰੈਡੀਸ਼ਨ ਆ, ਉਹ ਪ੍ਰੈਕਟਿਸਿਸ ਆ, ਉਹਦੀ ਵੀ ਆਪਣੀ ਇੱਕ ਲਿਮਿਟ ਹੈ। ਦੋਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਪਏਗਾ, ਔਰ ਸਪਿਰਿਟ ਦੀ ਜਿਹੜੀ ਸਪੀਰੀਅਰਟੀ ਆ ਮੈਟਰ ਦੇ ਉੱਤੇ, ਉਸਨੂੰ ਸਮਝਣਾ ਹੋਏਗਾ, ਉਸਨੂੰ ਐਕਸੈਪਟ ਕਰਨਾ ਹੋਏਗਾ, ਉਸਨੂੰ ਰਿਜੈਕਟ ਕਿਸੇ ਕੀਮਤ 'ਤੇ ਕੀਤਾ ਨਹੀਂ ਜਾ ਸਕਦਾ। ਤੋ ਮਟੀਰੀਅਲ ਅੰਡਰਸਟੈਂਡਿੰਗ ਕਿਸੇ ਧਰਮ ਦੀ, ਮੈਟਰ ਦੇ ਬੇਸਿਸ ਦੇ ਉੱਤੇ ਅੰਡਰਸਟੈਂਡਿੰਗ ਆ, ਇੰਟਰਪ੍ਰਟੇਸ਼ਨ ਕਿਸੇ ਧਰਮ ਦੀ, ਉਹ ਬਿਲੀਫ ਸਿਸਟਮ ਦੇ ਟੋਟਲੀ ਟਕਰਾਉਂਦੀ ਆ। ਲੋਕ ਵਿਸ਼ਵਾਸ ਰੱਖਦੇ ਆ, ਲੋਕਾਂ ਦਾ ਫੇਥ ਆ, ਫੇਥ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਸਾਨੂੰ ਗੁਰੂ ਮਹਾਰਾਜ, ਇਹ ਪਰਮਾਤਮਾ, ਇਹ ਅਕਾਲ ਪੁਰਖ ਸਾਨੂੰ ਵਿਸ਼ਵਾਸ ਦੇ, ਸਾਨੂੰ ਫੇਥ ਦੇ ਕਿ ਅਸੀਂ ਤੇਰੇ 'ਚ ਵਿਸ਼ਵਾਸ ਕਰਕੇ ਤੇਰੇ ਦੇ ਉੱਤੇ ਨਿਰਭਰ ਹੋ ਸਕੀਏ। ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ, ਜਿਸ ਤਰ੍ਹਾਂ ਪ੍ਰੋਫਿਟ ਦਾ ਕੀ ਰੋਲ ਆ, ਗੁਰੂ ਪੈਗੰਬਰ ਆ, ਪੈਗੰਬਰ ਦਾ ਕੀ ਰੋਲ ਆ, ਪੈਗੰਬਰ ਨੂੰ ਇਲਹਾਮ ਹੋ ਰਿਹਾ, ਜੈਸੀ ਵੀ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਗ ਲਾ ਲਓ। ਉਹ ਗਿਆਨ ਕਿਸ ਤੋਂ ਟ੍ਰਾਂਸਮਿਟ ਹੋ ਰਿਹਾ? ਰੱਬ ਤੋਂ ਟ੍ਰਾਂਸਮਿਟ ਹੋ ਰਿਹਾ। ਰਾਹੀਂ ਕਿਹਦੇ ਹੋ ਰਿਹਾ? ਪੈਗੰਬਰ ਦੇ, ਗੁਰੂ ਦੇ ਰਾਹੀਂ। ਤੋ ਗੁਰੂ ਇੱਕ ਮੈਸੰਜਰ ਆ ਪਰਮਾਤਮਾ ਦਾ, ਗੋਡ ਦਾ, ਉਹ ਜਾ ਕੇ ਜਿਹੜੀ ਮਾਨਵਤਾ ਉਸਨੂੰ ਇਹ ਸੰਦੇਸ਼ ਦੇ ਰਿਹਾ ਵੀ ਆਹ ਹੈ, ਆਹ ਪੰਥ ਹੈ, ਆਹ ਸ਼ਬਦ ਹੈ, ਸ਼ਬਦ ਦੀ ਆਹ ਵਿਆਖਿਆ ਹੈ। ਤੋ ਉਹ ਸਾਰੀ ਚੀਜ਼ ਜਿਹੜੀ ਹੈ ਉਸਨੂੰ ਸਮਝਣਾ ਪਏਗਾ, ਪੈਗੰਬਰ ਨੂੰ ਸਮਝਣਾ ਪਏਗਾ, ਰੈਵੀਲੇਸ਼ਨ ਜਿਹੜੀ ਹੈ, ਇਲਹਾਮ ਆ, ਉਸਨੂੰ ਸਮਝਣਾ ਪਏਗਾ, ਉਸਨੂੰ ਇੰਟਰਪ੍ਰੈਟ ਕਰਨਾ ਪਏਗਾ। ਉਹ ਰੈਸ਼ਨੈਲਿਟੀ ਦੇ ਬੇਸਿਸ 'ਤੇ ਨਹੀਂ ਆਉਂਦਾ ਇਲਹਾਮ, ਉਹਨੂੰ ਕਿਸ ਤਰੀਕੇ ਨਾਲ ਤੁਸੀਂ ਰੀਜ਼ਨ ਦੇ ਬੇਸਿਸ 'ਤੇ ਲੈ ਲਓਗੇ, ਕਿਸ ਤਰੀਕੇ ਨਾਲ ਤੁਸੀਂ ਉਸਨੂੰ ਰੈਸ਼ਨਲੀ ਐਕਸਪਲੇਨ ਕਰ ਲਓਗੇ, ਜਿਹਨੂੰ ਤਰਕ ਤੁਸੀਂ ਕਹੀ ਜਾਂਦੇ ਹੋ, ਤਰਕ ਕਹੀ ਜਾਂਦੇ ਹੋ, ਤਾਂ ਉਹਨੂੰ ਤਰਕ ਨਾਲ ਕਿਸ ਤਰ੍ਹਾਂ ਉਹ ਐਕਸਪਲੇਨ ਹੋ ਜਾਏਗਾ? ਪ੍ਰੋਫਿਟ ਦੀ ਪੋਜੀਸ਼ਨ ਜਿਹੜੀ ਆ ਉਹ ਤੁਸੀਂ ਕਿਸ ਤਰੀਕੇ ਨਾਲ ਤਰਕ ਦੇ ਉੱਤੇ ਆ ਕੇ ਮੇਜ਼ਰ ਕਰ ਲਓਗੇ? ਤੋ ਇਹ ਸਾਰੀਆਂ ਚੀਜ਼ਾਂ ਬਹੁਤ ਵੱਡੇ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ ਡਿਬੇਟ ਹੋਈਆਂ, ਸੈਂਕੜੇ ਸਾਲਾਂ ਹੋਈਆਂ, ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ, ਹਜ਼ਾਰਾਂ ਮਤਲਬ ਡਿਬੇਟਾਂ ਹੋਈਆਂ, ਦੂਸਰੇ ਧਰਮਾਂ 'ਚ ਹੋਈਆਂ, ਅੱਜ ਸਿੱਖਾਂ 'ਚ ਵੀ ਹੋ ਰਹੀਆਂ। ਹੈਲਦੀ ਡਿਬੇਟ ਹੋਣੀ ਚਾਹੀਦੀ ਹੈ, ਨਾ ਕਿ ਇਸ ਗੱਲ ਦੇ ਉੱਤੇ ਵੀ ਜਿਹੜਾ ਸਾਡੀ ਪੁਆਇੰਟ ਆਫ ਵਿਊ ਨਾਲ ਰਾਜ਼ੀ ਨਹੀਂ ਅਸੀਂ ਉਸਦਾ ਕਤਲ ਕਰ ਦਾਂਗੇ, ਅਸੀਂ ਉਸਨੂੰ ਮਾਰ ਦਾਂਗੇ। ਜਿਸ ਤਰੀਕੇ ਦੇ ਨਾਲ ਉਹਨਾਂ ਛਬੀਲ ਲਾ ਕੇ ਉੱਥੇ ਲੁਧਿਆਣੇ ਦੇ ਕੋਲ ਇੱਕ ਬੰਦੇ ਦਾ, ਰਣਜੀਤ ਸਿੰਘ ਟੱਡੀਆਂ ਵਾਲੇ ਦੇ ਬੰਦੇ ਦਾ ਕਤਲ ਕੀਤਾ, ਇਹ ਬਿਲਕੁਲ ਹੀ ਗੈਰ ਸਿੱਖੀ ਦੀ ਗੱਲ ਹੈ, ਇਹ ਸਿੱਖੀ ਦੇ ਵਿਰੋਧ 'ਚ ਆ। ਗੁਰੂ ਨੇ ਤਾਂ ਆਪ ਪੈਰਾਮੀਟਰਸ ਰੱਖੇ ਆ, ਸੰਵਾਦ ਰਚਾਏ ਆ ਆਪਣੇ ਓਪੋਨੈਂਟਾਂ ਨਾਲ ਰਚਾਏ ਆ, ਕਿਸੇ ਆਪਣੇ ਓਪੋਨੈਂਟ ਨੂੰ ਗਾਲੀ ਗਲੋਚ ਨਹੀਂ ਗੁਰੂ ਨੇ ਦਿੱਤਾ, ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ। ਉਹਨੇ ਕਿਹਾ ਉਹਨਾਂ ਦਾ ਆਪਣਾ ਪੁਆਇੰਟ ਆਫ ਵਿਊ ਆ, ਤੁਹਾਡਾ ਆਪਣਾ, ਸਾਡਾ ਆਪਣਾ ਪੁਆਇੰਟ ਆਫ ਵਿਊ ਆ। ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆਹ ਜਿਹੜਾ ਪੁਆਇੰਟ ਆਫ ਵਿਊ ਆ ਸਾਡਾ, ਇਹ ਸਹੀ ਹੈ, ਇਹ ਮਾਨਵਤਾ ਦੇ ਹੱਕ ਵਿੱਚ ਆ, ਇਹ ਯੂਨੀਵਰਸਲਿਟੀ ਇਸ ਦੇ ਵਿੱਚ।
ਤਾਂ ਇਸ ਕਰਕੇ ਇਸ ਕਿਸਮ ਦੀਆਂ ਗੱਲਾਂ ਕਰਨੀਆਂ, ਦੂਜਿਆਂ ਨੂੰ ਗਾਲੀ ਗਲੋਚ ਕੱਢਣੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕਰਨਾ, ਇਹ ਵੀ ਕਿਸੇ ਕਿਸਮ ਦੀ ਸਿਆਣਪ ਨਹੀਂ ਹੈ। ਇਹ ਗੁਰੂ ਦਾ ਇੰਸਟੀਟਿਊਸ਼ਨ ਬਣਾਇਆ ਹੋਇਆ, ਇਹਦੇ ਪਿੱਛੇ ਗੁਰੂ ਦੀ ਸਪਿਰਿਟ ਹੈ, ਇਹਦੇ ਪਿੱਛੇ ਗੁਰੂ ਦੀਆਂ ਭਾਵਨਾਵਾਂ ਹੈਗੀਆਂ। ਅਕਾਲ ਤਖਤ ਦਾ ਜਥੇਦਾਰ ਗਲਤ ਹੋ ਸਕਦਾ, ਕਈ ਉਹਨਾਂ ਨੇ ਇਸ ਕਿਸਮ ਦੇ ਫੈਸਲੇ ਕੀਤੇ ਆ, ਪ੍ਰੋਫੈਸਰ ਗੁਰਮੁਖ ਸਿੰਘ ਨੂੰ ਕੱਢਣਾ, ਜਨਰਲ ਡਾਇਰ ਨੂੰ ਸਰੋਪਾ ਦੇਣਾ, ਇਹ ਸਾਰੀਆਂ ਇਤਿਹਾਸਿਕ ਬਲੰਡਰਸ ਹੈਗੇ ਅਕਾਲ ਤਖਤ ਦੇ ਜਥੇਦਾਰ ਦੇ, ਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ। ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਾਡਾ ਸਰਵੋਚਮ ਸਤਿਕਾਰਿਤ ਇੰਸਟੀਟਿਊਸ਼ਨ ਆ ਸਿੱਖਾਂ ਦਾ, ਜਿਸ ਦੇ ਵਿੱਚ ਸਪਿਰਿਟ ਹੈ ਗੁਰੂ ਦੀ ਪਾਈ ਹੋਈ। ਉਹ ਬਿਲਡਿੰਗ ਨਹੀਂ ਹੈ, ਜਿਸ ਤਰੀਕੇ ਨਾਲ ਜੇ ਉਹਨੂੰ ਤਰਕ ਦੇ ਉੱਤੇ ਲੈ ਕੇ ਤੁਸੀਂ ਉਸਨੂੰ ਬਿਲਡਿੰਗ ਨੂੰ ਐਕਸਪਲੇਨ ਕਰੋਗੇ, ਬ੍ਰਿਕ ਐਂਡ ਮੋਰਟਰ, ਉਹ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਹੈ। ਹੁਣ ਜੇ ਤੁਸੀਂ ਇਸੇ ਤਰੀਕੇ ਨਾਲ ਚੱਲੋਗੇ ਤਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਪੋਥੀ ਸਾਹਿਬ ਨੂੰ ਲੈ ਕੇ ਆਏ ਤਾਂ ਪੋਥੀ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ ਉਸ ਮੰਜੀ ਸਾਹਿਬ ਦੇ ਉੱਤੇ ਜਿੱਥੇ ਗੁਰੂ ਆਪ ਬੈਠਦੇ ਸੀ, ਆਪ ਫਰਸ਼ ਦੇ ਉੱਤੇ ਬੈਠ ਕੇ ਦੂਸਰੇ ਸਿੱਖਾਂ ਦੇ ਨਾਲ ਬਰਾਬਰ ਹੋ ਕੇ। ਤਾਂ ਉਸ ਦੇ 'ਚ ਇੱਕ ਵਾਕ ਆ ਜਿਹੜਾ ਮੈਂ ਸਮਝਦਾ ਢੱਡੀਆਂ ਵਾਲੇ ਸਾਹਿਬ ਨੂੰ ਸਮਝ ਲੈਣਾ ਚਾਹੀਦਾ। ਉਹਨਾਂ ਨੇ ਕੀ ਕਿਹਾ, ਪੋਥੀ ਪਰਮੇਸ਼ਰ ਕਾ ਥਾਨ, ਅਤੇ ਜਿਹੜਾ ਪਰਮੇਸ਼ਰ ਆ ਉਹਨਾਂ ਨੇ ਆਪਣਾ ਵੀ ਜਿਹੜੀ ਜਗ੍ਹਾ ਉਸਦਾ ਨਾਮ ਪਰਮੇਸ਼ਰ ਦੁਆਰ ਰੱਖਿਆ। ਪਰਮੇਸ਼ਰ ਨੂੰ ਲੌਜਿਕ ਅਤੇ ਰੀਜ਼ਨ ਦੇ ਨਾਲ ਕਿਸ ਤਰ੍ਹਾਂ ਐਕਸਪਲੇਨ ਕਰ ਲਓਗੇ, ਜਿਹਨਾਂ ਦਾ ਨਾ ਕੋਈ ਰੰਗ ਆ, ਨਾ ਰੂਪ ਆ, ਨਾ ਡਾਇਮੈਂਸ਼ਨ ਆ, ਨਾ ਕੋਈ ਟਾਈਮ ਦੇ ਸਕੇਲ 'ਚ ਆਉਂਦੇ ਆ, ਨਾ ਕਿਸੇ ਹੋਰ ਸਕੇਲ 'ਚ ਆਉਂਦੇ ਆ। ਜਿਹੜਾ ਰੱਬ ਹੈ ਉਸ ਦਾ ਕੋਈ ਟਾਈਮ ਸਕੇਲ ਨਹੀਂ, ਉਹ ਇਟਰਨਲ ਹੈ, ਪਰਮਾਨੈਂਟ ਹੈ, ਉਹ ਸਦੀਵੀ ਹੈ। ਔਰ ਨਾ ਉਸਦਾ ਰੂਪ ਆ, ਨਾ ਉਸਦਾ ਕੋਈ ਰੰਗ ਆ, ਨਾ ਉਸਦਾ ਕੋਈ ਉਹ ਜਨਮ ਲੈਂਦਾ, ਨਾ ਉਹ ਮਰਦਾ, ਨਾ ਮਤਲਬ ਇਹ ਸਾਰੀਆਂ ਚੀਜ਼ਾਂ ਟੱਡੀਆਂ ਵਾਲੇ ਸਾਹਿਬ ਨੂੰ ਪਤਾ ਹੈਗੀਆਂ। ਔਰ ਇਹੀ ਮਹਾਰਾਜ ਨੇ ਜਿਹੜਾ ਹੈ ਪੋਥੀ ਸਾਹਿਬ ਜਿਹਨੂੰ ਹੁਣ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਉਸ ਦੇ ਵਿੱਚ ਉਹਨਾਂ ਨੇ ਅੰਕਿਤ ਕੀਤੀ ਹੈ ਤਾਂ ਕਿ ਸਿੱਖ ਪਰਮਾਨੈਂਟਲੀ ਉਸ ਨੂੰ ਸਮਝ ਲੈਣ, ਉਸ ਨੂੰ ਵਿਚਾਰ ਲੈਣ। ਔਰ ਉਹ ਸਮਝ ਵਿਚਾਰ ਤੋਂ ਬਾਅਦ ਉਸ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਨ, ਇੱਕ ਚੰਗਾ ਨਰੋਆ ਇੱਕ ਸਮਾਜ ਸਿਰਜਣ, ਜਿਸ ਸਮਾਜ ਦੇ ਵਿੱਚ ਕਿਸੇ ਨਾਲ ਧੱਕਾ ਨਾ ਹੋਵੇ, ਸਭ ਨਾਲ ਬਰਾਬਰੀ ਹੋਵੇ, ਯੂਨੀਵਰਸੈਲਿਟੀ ਹੋਵੇ। ਮਤਲਬ ਬਹੁਤ ਹੀ ਮਤਲਬ ਇੰਨਾ ਵੱਡਾ ਗ੍ਰੈਂਜਰ ਅਤੇ ਐਡੀ ਵੱਡੀ ਮਤਲਬ ਉਸ ਦੇ ਵਿੱਚ ਵਿਚਾਰਧਾਰਾ ਹੈ, ਜਿਸ ਦੇ ਮੈਂ ਸਮਝਦਾ ਸਾਨੀ ਹਾਲੇ ਤੱਕ ਕੋਈ ਦੁਨੀਆਂ ਦੇ ਵਿੱਚ ਹੋਇਆ ਨਹੀਂ। ਅਤੇ ਜੇ ਇਸੇ ਤਰੀਕੇ ਨਾਲ ਤਾਂ ਫਿਰ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਕਹਿ ਲਓ ਵੀ ਇਹ ਤਾਂ ਜੀ ਕੁਛ ਕਾਗਜ਼ਾਂ ਦਾ ਪਲੰਦਾ ਹੈਗਾ, ਐਂ ਥੋੜ੍ਹਾ ਹੋ ਸਕਦੀ ਹੈ। ਇਸੇ ਤਰੀਕੇ ਨਾਲ ਜਿਹੜੇ ਕਕਾਰ ਆ ਉਹ ਇੱਕ ਇਨਸਿਗਨੀਆ ਹੈ। ਕਿਸ ਚੀਜ਼ ਦਾ ਇਨਸਿਗਨੀਆ? ਉਸ ਵਿਚਾਰਧਾਰਾ ਦਾ ਇਨਸਿਗਨੀਆ ਜਿਹੜੇ ਗੁਰੂ ਨਾਨਕ ਨੇ ਪ੍ਰੋਪੇਗੇਟ ਕੀਤੀ ਹੈ, ਔਰ ਉਸ ਨੂੰ ਦਸਵੇਂ ਪਾਤਸ਼ਾਹ ਨੇ ਇੰਪਲੀਮੈਂਟ ਕੀਤਾ। ਕ੍ਰੀਏਸ਼ਨ ਆਫ ਦੀ ਖਾਲਸਾ, ਕ੍ਰੀਏਸ਼ਨ ਖਾਲਸਾ ਕੀ ਹੈ? ਖਾਲਸਾ ਇੰਸਟੀਟਿਊਸ਼ਨ ਹੈ, ਔਰ ਇਹ ਇਨਸਿਗਨੀਏ ਹੈਗੇ ਗੁਰੂ ਨੇ, ਪੰਜ ਕਕਾਰ ਜਿਹੜੇ ਦਿੱਤੇ ਆ। ਦੇਖੋ ਕਮਾਲ ਦੀ ਗੁਰੂ ਦੀ ਗੱਲ, ਜਿਸ ਜਗ੍ਹਾ ਦੇ ਉੱਤੇ ਇਹ ਚੀਜ਼ ਹੋਈ ਉਸ ਪਿੰਡ ਦਾ ਨਾਮ ਬਹਿਲੂਰ ਸੀ, ਬਹਿਲੂਰ ਤੋਂ ਬਾਅਦ ਅਨੰਦਪੁਰ ਸਾਹਿਬ ਕਹਿਣ ਲੱਗ ਗਏ, ਫਿਰ ਉਸ ਤੋਂ ਬਾਅਦ ਉਸ ਦਾ ਨਾਮ ਕੇਸ਼ਗੜ੍ਹ ਸਾਹਿਬ ਆ ਗਿਆ। ਕੇਸ਼ਾਂ ਦੀ ਮਹਾਨਤਾ ਹੈ, ਕੇਸ਼ਾਂ ਦੀ ਬਹੁਤ ਬੜੀ ਸਿਗਨੀਫਿਕੈਂਸ ਆ ਸਿੱਖਿਜ਼ਮ ਦੇ ਵਿੱਚ, ਜਿਹੜੀ ਖਾਲਸੇ ਨੇ ਗੁਰੂ ਦਸਵੇਂ ਪਾਤਸ਼ਾਹ ਨੇ ਕੀਤੀ, ਕ੍ਰੀਏਟ ਕੀਤੀ ਆ। ਗੁਰੂ ਨੇ ਸ਼ਹਾਦਤਾਂ ਦੇ ਕੇ ਇਹ ਇੰਸਟੀਟਿਊਸ਼ਨ ਕ੍ਰੀਏਟ ਕੀਤੇ ਆ। ਕਿੱਡੀ ਵੱਡੀ ਸ਼ਹਾਦਤ ਆ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਮੈਂ ਸਮਝਦਾ ਯੂਨੀਕ ਆ। ਆਪਣੇ ਚਾਰੇ ਸਾਹਿਬਜ਼ਾਦੇ ਮਤਲਬ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ, ਆਪਣੀ ਮਾਤਾ ਨੂੰ ਸ਼ਹੀਦ ਕਰਵਾ ਦਿੱਤਾ, ਪਿਤਾ ਨੂੰ ਸ਼ਹੀਦ ਕਰਾ ਦਿੱਤਾ। ਆਪ ਕਿੱਡੀ ਇੰਟੈਂਸ
ਜੱਦੋ ਜਹਿਦ ਦੇ ਵਿੱਚ ਉਹ ਪੈ ਕੇ ਕਿਤਨੀਆਂ ਤਕਲੀਫਾਂ, ਕਿਤਨੇ ਦੁੱਖ, ਕਿਤਨੀਆਂ ਮੁਸ਼ਕਲਾਂ ਦੇ ਵਿੱਚ ਵੀ ਗੁਰੂ ਲੰਘੇ ਆ, ਔਰ ਉਹ ਮੁਸ਼ਕਲਾਂ ਦੇ ਵਿੱਚੋਂ, ਉਹ ਸਟਰਗਲ ਦੇ ਵਿੱਚੋਂ, ਉਸ ਸਾਰੀ ਜਿਹੜਾ ਇਤਿਹਾਸ ਆ, ਉਸ ਇਤਿਹਾਸ ਦੀ ਪ੍ਰੋਡਕਟ ਹੈ। ਕੱਲ੍ਹ ਨੂੰ ਤੁਸੀਂ ਕਹੋ ਵੀ ਜੀ ਅਨੰਦਪੁਰ ਸਾਹਿਬ ਕੀ ਚੀਜ਼ ਆ, ਇਹ ਤਾਂ ਇੱਕ ਉਈਓਂ ਕਿਲ੍ਹਾ ਹੈ, ਇਹ ਤਾਂ ਇੱਕ ਇਮਾਰਤ ਆ। ਇਮਾਰਤ ਨਹੀਂ ਹੈ, ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਪਿਰਿਟ ਹੈ, ਇੱਕ ਬਹੁਤ ਵੱਡੀਆਂ ਭਾਵਨਾਵਾਂ ਸਿੱਖਾਂ ਦੀਆਂ, ਇਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਸਿੱਖਾਂ ਦਾ। ਕਿਰਪਾਨ ਕੋਈ ਇਹ ਥੋੜ੍ਹੋ ਵੀ, ਹੁਣ ਦੇਖੋ ਕਿਰਪਾਨ ਕੀ ਚੀਜ਼ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਵੈਸੇ ਤਾਂ ਜੇ ਤੁਸੀਂ ਕਹੋਗੇ, ਜੇ ਮੈਟਰ ਦੇ ਬੇਸਿਸ ਦੇ ਉੱਤੇ, ਲੌਜਿਕ ਦੇ ਬੇਸਿਸ ਦੇ ਉੱਤੇ, ਰੀਜ਼ਨ ਦੇ ਬੇਸਿਸ ਦੇ ਉੱਤੇ ਸਾਕਸ਼ਾਤ ਉਸਨੂੰ ਦੇਖਣਾ, ਤਾਂ ਇੱਕ ਪੱਤਰਾ ਹੀ ਆ ਨਾ ਲੋਹੇ ਦਾ, ਉਹ ਪੱਤਰਾ ਨਹੀਂ ਹੈ। ਜੇ ਦੂਜੇ ਧਰਮਾਂ ਦੇ ਵਿੱਚ, ਦੂਜੇ ਧਰਮਾਂ ਦੀ ਪਹਿਚਾਣ ਜਿਹੜੀ ਹੈ ਕਿਸ ਚੀਜ਼ ਤੋਂ ਹੁੰਦੀ ਆ, ਮਾਲਾ ਤੋਂ ਹੁੰਦੀ ਹੈ, ਚਾਹੇ ਹਿੰਦੂਆਂ ਵਿੱਚ ਆ, ਚਾਹੇ ਬੋਧੀਆਂ ਵਿੱਚ ਆ, ਚਾਹੇ ਜੈਨੀਆਂ 'ਚ ਆ, ਚਾਹੇ ਈਸਾਈਆਂ 'ਚ ਆ, ਚਾਹੇ ਮੁਸਲਮਾਨਾਂ 'ਚ, ਉੱਥੇ ਮਾਲਾ ਹੈ। ਲੇਕਿਨ ਗੁਰੂ ਨੇ ਸਿੱਖ ਨੂੰ ਜਿਹੜਾ ਇਨਸਿਗਨੀਆ ਦਿੱਤਾ ਹੈ, ਉਹ ਕਿਰਪਾਨ ਹੈ। ਕਿਰਪਾਨ ਦੀ ਕਿਤਨੀ ਬੜੀ ਮਹੱਤਤਾ, ਸਿੱਖ ਨੇ ਮਾਲਾ ਨਹੀਂ ਪਾਉਣੀ ਆਪਣੇ ਗਲ ਦੇ ਵਿੱਚ। ਮਾਲਾ ਪਾ ਕੇ ਤੁਸੀਂ ਜੰਗਲਾਂ ਵਿੱਚ ਜਾਂਦੇ ਹੋ, ਤੁਸੀਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾਂਦੇ ਹੋ, ਸਿੱਖ ਨੇ ਕਿਰਪਾਨ ਪਾ ਕੇ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਜੱਦੋ ਜਹਿਦ ਕਰਨੀ ਆ, ਲੜਨਾ, ਜਿਹੜਾ ਈਵਲ ਆ ਉਸਨੂੰ ਖਤਮ ਕਰਨਾ। ਇੱਕ ਉਸ ਕਿਰਪਾਨ ਦੇ ਪਿੱਛੇ ਇੱਕ ਸਿਧਾਂਤ ਹੈ, ਉਸ ਕਿਰਪਾਨ ਦੇ ਪਿੱਛੇ ਇੱਕ ਆਈਡੀਓਲੋਜੀ ਹੈ, ਜਿਹੜੀ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ, ਆਪਣਾ ਇਤਨਾ ਬੜੇ ਬਹੁਤ ਬੜੀਆਂ ਮਤਲਬ ਸ਼ਹਾਦਤਾਂ ਦੇ ਕੇ ਉਹਨਾਂ ਨੇ ਇਸ ਨੂੰ ਖੜ੍ਹਾ ਕੀਤਾ ਹੈ। ਔਰ ਹੁਣ ਉਸ ਨੂੰ ਜੇ ਤੁਸੀਂ ਤਰਕ 'ਤੇ ਪਹਿਚਾਨਣ ਦੀ ਕੋਸ਼ਿਸ਼ ਕਰੋਗੇ ਤਾਂ ਗੱਲ ਬਣਨੀ ਨਹੀਂ। ਹੁਣ ਗੁਰੂਆਂ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ, ਮੈਂ ਕਈ ਵਾਰੀ ਸੋਚਦਾ ਹੁੰਦਾ, ਕਿਤਾਬਾਂ ਵਿੱਚ ਉਹ ਗੱਲ ਨਹੀਂ ਲਿਖੀ ਜਾ ਸਕਦੀ, ਇਤਨੀ ਬੜੀ ਗੱਲ ਹੈ। ਅੱਖਰਾਂ ਦੀ ਆਪਣੀ ਲਿਮਿਟੇਸ਼ਨ ਹੈ, ਕਿਤਾਬਾਂ ਦੀ ਆਪਣੀ ਲਿਮਿਟੇਸ਼ਨ ਆ, ਇਨਸਾਨ ਦੀ ਆਪਣੀ ਲਿਮਿਟੇਸ਼ਨ ਆ। 7 ਸਾਲ ਅਤੇ 9 ਸਾਲ ਦਾ ਬੱਚਾ ਕਿੱਡੇ ਬੜੇ ਇਮਤਿਹਾਨ ਦੇ ਵਿੱਚ ਖੜ੍ਹਾ, ਇੱਕ ਵੀ ਸ਼ਬਦ, ਇੱਕ ਵੀ ਅੱਖਰ ਮੂੰਹੋਂ ਨਿਕਲਿਆ ਗਲਤ ਹੋ ਜਾਂਦਾ ਤਾਂ ਸਿੱਖ ਇਤਿਹਾਸ ਟੋਪਸੀ ਟਰਵੀ ਹੋ ਜਾਣਾ ਸੀ, ਉਲਟਾ ਪੁਲਟਾ ਹੋ ਜਾਣਾ ਸੀ। ਉਸ ਬੱਚਿਆਂ ਦੇ ਵਿੱਚ ਕਿਹੜੀ ਸਪਿਰਿਟ ਆ, ਕਿਹੜੀ ਉਹਨਾਂ ਦੇ ਵਿੱਚ ਭਾਵਨਾ, ਉਸਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਆਦਮੀ ਦੀ ਸਮਝ ਆ ਜਿਹੜੀ ਉਹ ਬਿਲਕੁਲ ਖਤਮ ਹੋ ਜਾਏਗੀ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਤੁਹਾਡੇ ਅੱਗੇ ਬੇਨਤੀ ਕੀਤੀ ਆ ਕਿ ਸੋਕ੍ਰੇਟਿਸ ਦੀ ਇੱਕ ਗੱਲ ਮੈਨੂੰ ਹਮੇਸ਼ਾ ਯਾਦ ਰਹਿੰਦੀ ਆ, ਔਰ ਮੈਂ ਆਪਣੇ ਹਮੇਸ਼ਾ ਮਨ ਦੇ ਵਿੱਚ ਉਸਨੂੰ ਵਸਾ ਕੇ ਰੱਖਦਾ ਕਿ ਆਈ ਨੋ ਵਨ ਥਿੰਗ ਦੈਟ ਆਈ ਡੋਨਟ ਨੋ ਐਨੀਥਿੰਗ। ਤੋ ਇਹ ਚੀਜ਼ ਤਾਂ ਇਸ ਲੈਵਲ 'ਤੇ ਆ ਕੇ, ਇਸ ਮਤਲਬ ਮੁਕਾਮ 'ਤੇ ਆ ਕੇ ਤੁਹਾਨੂੰ ਸਮਝ ਨਹੀਂ ਆ ਸਕਦੀ ਕਿ ਉਹ ਬੱਚੇ ਸੀ। ਮੈਂ ਸਾਡੇ ਆਪਣੇ ਬੱਚੇ ਆ, ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਟੋਇਲਟ ਸਾਫ਼ ਕਰਨਾ, ਕਿਸ ਤਰੀਕੇ ਨਾਲ ਤੁਸੀਂ ਆਹ ਕਰਨੀ ਆ। ਉਹ ਕਿੱਡੀ ਬੜੀ ਮਤਲਬ ਸ਼ਹਾਦਤ ਦੇ ਰਹੇ ਆ, ਔਰ ਇੱਕ ਟਰਨਿੰਗ ਪੁਆਇੰਟ ਆ ਮੈਂ ਸਮਝਦਾ ਸਿੱਖ ਇਤਿਹਾਸ ਦੇ ਵਿੱਚ, ਜਿੱਥੇ 7 ਸਾਲ ਅਤੇ 9 ਸਾਲ ਦੇ ਬੱਚੇ ਕੋਈ ਵੀ ਇੱਕ ਸ਼ਬਦ ਇਸ ਕਿਸਮ ਦਾ ਨਹੀਂ ਕੱਢ ਰਹੇ ਮੂੰਹ ਦੇ ਵਿੱਚੋਂ, ਜਿਸ ਦੇ ਨਾਲ ਕਿ ਸਾਡਾ ਇਤਿਹਾਸ ਅਤੇ ਸਾਡੀ ਟ੍ਰੈਡੀਸ਼ਨ ਕਲੰਕਿਤ ਹੋ ਜਾਵੇ, ਬਲਕਿ ਉਹ ਇਤਨੀ ਮਤਲਬ ਬੜੀ ਮਾਨਸਿਕਤਾ ਦਿਖਾ ਰਹੇ ਹੈ ਦੁਨੀਆ ਨੂੰ, ਜਿਸ ਦੇ ਨਾਲ ਸਿੱਖੀ ਹਮੇਸ਼ਾ ਸੰਜੀਵ ਰਹੇਗੀ, ਔਰ ਸਿੱਖੀ ਦੀਆਂ ਜਿਹੜੀਆਂ ਪਰੰਪਰਾਵਾਂ ਹੈ ਉਹਨਾਂ ਸ਼ਹਾਦਤਾਂ ਦੇ ਉੱਤੇ ਖੜੀਆਂ, ਨਾ ਕਿ ਇਹਨਾਂ ਬਹਿਸਾਂ ਦੇ ਉੱਤੇ ਖੜੀਆਂ। ਇਹ ਬਹਿਸਾਂ ਬੜੇ ਛੋਟੇ ਲੈਵਲ ਦੀਆਂ, ਇਸ ਦੇ ਨਾਲ ਸਿੱਖਾਂ ਨੂੰ ਝੰਜੋੜੋ ਨਾ, ਸਿੱਖਾਂ ਦੀ ਮਾਨਸਿਕਤਾ ਦਾ ਇਮਤਿਹਾਨ ਮਤ ਲਓ। ਮੈਂ ਦੋਨੇ ਧੁਰਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ, ਸੰਜਮ ਦਿਖਾਓ, ਗੁਰੂ ਦੀ ਪਰੰਪਰਾ ਦੇ ਅੱਗੇ ਆਪਣਾ ਸਿਰ ਝੁਕਾਓ, ਔਰ ਉਹਨਾਂ ਸ਼ਹਾਦਤਾਂ ਨੂੰ ਯਾਦ ਰੱਖੋ। ਦੇਖੋ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ,
ਆ ਇੱਕ ਬੰਦਾ ਟੀਵੀ ਤੇ ਕਹਿ ਰਿਹਾ ਸੀ, ਮੈਂ ਕਿਹੜਾ ਦੇਖਿਆ ਇਹ ਗੱਲ। ਉਸ ਬੰਦੇ ਨੂੰ ਇਤਿਹਾਸ ਦੀ ਸਮਝ ਨਹੀਂ, ਨਾ ਇਤਿਹਾਸ ਪੜਿਆ। ਐਡੀਆਂ ਵੱਡੀਆਂ ਤੁਸੀਂ ਸਟੇਟਮੈਂਟਾਂ ਦੇ ਰਹੇ ਹੋ। 740 ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ ਉਸ ਦੇ ਸਾਥੀ ਕਾਮਰੇਡਸ, ਉਹਨਾਂ ਦੀ ਸ਼ਹਾਦਤ ਹੁੰਦੀ ਆ। ਹਰ ਰੋਜ਼ ਇੱਕ ਬੰਦਾ ਸ਼ਹੀਦ ਕੀਤਾ ਜਾਂਦਾ, ਔਰ ਇੱਕ ਨੌਜਵਾਨ ਬੱਚਾ, ਉਹਦੀ ਮਾਂ ਆ ਕੇ ਪੁਕਾਰ ਕਰਦੀ ਆ ਵੀ ਮੇਰਾ ਮੁੰਡਾ ਤਾਂ ਮੁਸਲਮਾਨ ਬਣਨ ਨੂੰ ਤਿਆਰ ਹੈ, ਇਸਲਾਮ ਐਮਰੇਸ ਕਰਨ ਨੂੰ ਤਿਆਰ ਆ। ਉਹ ਆਪਣੀ ਮਾਂ ਨੂੰ ਡਿਨਾਈ ਕਰ ਰਿਹਾ ਕਿ ਇਹ ਗਲਤ ਕਹਿ ਰਹੀ ਆ, ਮੈਂ ਕਿਸੇ ਵੀ ਕੀਮਤ ਦੇ ਉੱਤੇ ਇਸਲਾਮ ਨਹੀਂ ਕਬੂਲ ਕਰੂੰਗਾ, ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਨੂੰ ਜਵਾਬ ਦੇਣਾ ਮੈਂ ਜਾ ਕੇ, ਜਦੋਂ ਮੈਂ ਸ਼ਹਾਦਤ ਦੇ ਕੇ ਜਾਵਾਂਗਾ ਗੁਰੂ ਮੇਰੇ ਤੋਂ ਸਵਾਲ ਪੁੱਛੇਗਾ ਤਾਂ ਉਸ ਦਾ ਜਵਾਬ ਮੈਂ ਕੀ ਦਊਂਗਾ, ਮੈਂ ਗੁਰੂ ਅੱਗੇ ਝੂਠਾ ਨਹੀਂ ਪੈਣਾ। ਛੋਟੇ ਬੱਚੇ ਨੂੰ, ਅਜੈ ਸਿੰਘ ਉਸਦਾ ਨਾਂ ਸੀ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ, ਉਸ ਨੂੰ ਸ਼ਹੀਦ ਕਰਕੇ ਉਸ ਦਾ ਦਿਲ ਕੱਢ ਕੇ, ਹਾਰਟ ਉਸਦਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ। ਇਹ ਦੋ ਉੱਥੇ ਅੰਗਰੇਜ਼ ਟਰੈਵਲਰ ਆ ਜਿਹੜੇ ਦੇਖ ਰਹੇ ਸਾਰਾ ਫੈਨੋਮੇਨਾ, ਔਰ ਦੇਖ ਕੇ ਉਹ ਚੰਬੇ ਜਿਹੇ ਵਿੱਚ ਪੈ ਰਹੇ ਆ, ਔਰ ਸਾਰੀ ਉਸਦੀ ਡਿਟੇਲ ਲਿਖ ਰਹੇ ਆ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਜਿਹਦਾ ਹੈੱਡਕੁਆਟਰ ਉਸ ਵੇਲੇ ਕੈਲਕਟਾ ਦੇ ਵਿੱਚ ਸੀ। ਹੁਣ ਜਿਹਨੇ ਨਾ ਕੋਈ ਪੜ੍ਹਿਆ, ਨਾ ਕੋਈ ਸਮਝਿਆ, ਨਾ ਕੋਈ ਕਿਸੇ ਕਿਸਮ ਦਾ ਇਤਿਹਾਸ ਘੋਖਿਆ, ਉਹ ਇਸ ਕਿਸਮ ਦੀਆਂ ਬੇਹੁਦਾ ਗੱਲਾਂ ਜਦੋਂ ਕਰਦਾ, ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਇਸ ਗੱਲ, ਮੈਨੂੰ ਤਕਲੀਫ ਹੁੰਦੀ ਹੈ। ਪੜ੍ਹਿਆ ਲਿਖਿਆ ਸਮਝਦਾਰ ਸੂਝਵਾਨ ਗਿਆਨਵਾਨ ਕੋਈ ਗੱਲ ਕਰੇ ਉਹ ਤਾਂ ਤੁਸੀਂ ਐਕਸੈਪਟ ਕਰੋ, ਪਰ ਤੁਸੀਂ ਖੜ੍ਹੇ ਸੜਕਾਂ ਦੇ ਉੱਤੇ ਇਸ ਕਿਸਮ ਦੀਆਂ ਬੇਹੁਦਾ ਗੱਲਾਂ ਕਰ ਰਹੇ ਹੋ। ਇਤਿਹਾਸ ਸਿੱਖਾਂ ਦਾ ਇਤਿਹਾਸ ਐਵੀਡੈਂਸ ਬੇਸਡ ਆ, ਬਾਈ ਐਂਡ ਲਾਰਜ ਟਰੈਡੀਸ਼ਨ ਵੀ ਹੈ, ਟਰੈਡੀਸ਼ਨ ਦੀ ਆਪਣੀ ਇੰਪੋਰਟੈਂਸ ਹੈ। ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਮਿਸਟੀਸਿਜ਼ਮ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਰਿਲੀਜਨ ਦਾ, ਸਾਰੇ ਧਰਮਾਂ ਦੇ ਵਿੱਚ ਮਿਸਟੀਸਿਜ਼ਮ ਹੈਗਾ, ਸਿੱਖਾਂ 'ਚ ਵੀ ਹੈ, ਇਸਲਾਮ 'ਚ ਵੀ ਹੈ, ਹਿੰਦੂਇਜ਼ਮ ਦੇ ਵਿੱਚ ਵੀ ਹੈ, ਇਸੇ ਜੈਨਿਜ਼ਮ ਦੇ ਵਿੱਚ ਵੀ ਹੈ, ਇਸੇ ਤਰੀਕੇ ਦੇ ਨਾਲ ਕ੍ਰਿਸਚੈਨਿਟੀ ਦੇ ਵਿੱਚ ਵੀ ਆ, ਜੂਡਾਇਜ਼ਮ, ਸਾਰੇ ਧਰਮਾਂ ਦੇ ਵਿੱਚ ਦੁਨੀਆ ਦੇ ਵਿੱਚ ਹੁੰਦਾ ਮਿਸਟੀਸਿਜ਼ਮ। ਮਿਸਟੀਸਿਜ਼ਮ ਹੁੰਦਾ ਪ੍ਰੋਫਿਟ ਦਾ, ਰੱਬ ਦਾ ਐਕਸਪੀਰੀਅੰਸ, ਔਰ ਉਹ ਐਕਸਪੀਰੀਅੰਸ ਆਮ ਲੋਕ ਨਹੀਂ ਸਮਝ ਸਕਦੇ ਜਿੰਨੀ ਦੇਰ ਤੁਸੀਂ ਉਸ ਵਰਗੇ ਬਣਦੇ ਨਹੀਂ। ਉਹ ਬੜਾ ਪ੍ਰਫਾਊਂਡ ਹੁੰਦਾ, ਬੜਾ ਸਟੇਬਲ ਹੁੰਦਾ, ਬੜਾ ਮਤਲਬ ਉਹ ਲਾਸਟਿੰਗ ਹੁੰਦਾ, ਔਰ ਬੜਾ ਉਸਦਾ ਡੀਪ ਇੰਪੈਕਟ ਹੁੰਦਾ ਔਨ ਦੀ ਬਿਹੇਵੀਅਰ ਆਫ ਮੈਨਕਾਈਂਡ। ਜਿਹੜੇ ਸਾਈਕੋਲੋਜਿਸਟ ਆ ਉਹ ਇਹ ਗੱਲ ਨੂੰ ਸਮਝਦੇ ਆ। ਤੋ ਇਸ ਕਰਕੇ ਅੱਜ ਜ਼ਰੂਰਤ ਆ ਕਿ ਸਹਿਨਸ਼ੀਲਤਾ ਦੇ ਵਿੱਚ ਆ ਕੇ, ਸੰਜਮ ਦੇ ਵਿੱਚ ਆ ਕੇ, ਸੰਤੋਖ ਦੇ ਵਿੱਚ ਆ ਕੇ, ਆਪਣੇ ਆਪ ਦੇ ਇਮੋਸ਼ਨਸ ਨੂੰ ਕੰਟਰੋਲ ਕਰਕੇ, ਇਮੋਸ਼ਨਸ ਨੂੰ ਕੰਟਰੋਲ ਕਰਕੇ, ਧਰਮ ਨੂੰ ਨੁਕਸਾਨ ਨਾ ਪਹੁੰਚਾਓ, ਗੁਰੂਆਂ ਦੀਆਂ ਰੋਹ ਰੀਤਾਂ ਨੂੰ ਨੁਕਸਾਨ ਨਾ ਪਹੁੰਚਾਓ, ਗੁਰੂਆਂ ਦੇ ਜਿਹੜੇ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਕਿਸੇ ਕਿਸਮ ਦਾ ਹਾਰਮ ਨਹੀਂ ਹੋਣਾ ਚਾਹੀਦਾ। ਸਿੱਖ ਬੇਚੈਨ ਆ ਸਾਰੀ ਦੁਨੀਆ ਦੇ ਵਿੱਚ ਇਸ ਲੜਾਈ ਦੇ ਵਿੱਚ, ਕਿਉਂਕਿ ਇੱਕ ਸਿਧਾਂਤਕ ਲੜਾਈ। ਸਿੱਖ ਇੰਨੇ ਬੇਚੈਨ ਨਹੀਂ ਹੋਏ 1984 ਦੇ ਵਿੱਚ, ਉਹ ਸਾਡੀ ਦੁਸ਼ਮਣ ਦੇ ਨਾਲ ਫਿਜ਼ੀਕਲ ਲੜਾਈ ਸੀ, ਅੱਜ ਤੁਸੀਂ ਇੱਕ ਸਿਧਾਂਤਕ ਲੜਾਈ ਛੇੜ ਦਿੱਤੀ ਜਿਸ ਦੀ ਕੋਈ ਬੁਨਿਆਦ ਨਹੀਂ। ਮੈਨੂੰ ਦੁੱਖ ਹੈ ਦੋਨਾਂ ਧਿਰਾਂ ਦੇ ਉੱਤੇ ਕਿ ਉਹ ਸੰਜਮ ਨਹੀਂ ਵਰਤ ਰਹੀਆਂ, ਉਹ ਧਰਮ ਦੀ ਜਿਹੜੀ ਆਸਥਾ ਉਸ ਤੋਂ ਉੱਪਰ ਉੱਠ ਕੇ ਆਪਣੀ ਹੋਮਾਂ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਔਰ ਧਰਮ ਨੂੰ ਖਾਮਖਾ ਵਿੱਚ ਲਿਆ ਰਹੇ। ਅੱਜ ਜ਼ਰੂਰਤ ਹੈ ਕਿ ਇਹ ਲੋਕ ਸਾਰੇ ਸਮਝ ਲੈਣ, ਦੁਨੀਆ ਦੇ ਵਿੱਚ ਇਹ ਚੀਜ਼ਾਂ ਹੋਈਆਂ ਉਹਨਾਂ ਨੂੰ ਵੀ ਪੜ੍ਹ ਲੈਣ, ਜਾਂ ਆਪ ਪੜ੍ਹਨ ਜੋਗੇ ਨਹੀਂ ਕਿਸੇ ਤੋਂ ਸਮਝ ਲੈਣ, ਕਿਸੇ ਤੋਂ ਕਿਸੇ ਵਿਚਾਰਵਾਨ ਨੂੰ, ਪੜ੍ਹੇ ਲਿਖੇ ਬੰਦੇ ਨੂੰ, ਵਿਦਵਾਨ ਨੂੰ ਕੋਲ ਬਿਠਾ ਕੇ ਉਹਨਾਂ ਚੀਜ਼ਾਂ ਨੂੰ ਸਮਝ ਲੈਣ। ਡਾਰਵਿਨ ਨੇ ਇੱਕ ਗੱਲ ਕਹੀ ਸੀ, ਧਰਮ ਦਾ ਬਹੁਤ ਬੜਾ ਗਲਬਾ ਸੀ ਦੁਨੀਆ ਦੇ ਵਿੱਚ। ਮੈਂ ਇੱਕ ਗੱਲ ਤੁਹਾਡੇ ਰਾਹੀਂ ਉਹਨਾਂ ਸਾਰੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਡਾਰਵਿਨ ਜਿਸ ਨੇ ਜਿਹੜੀ ਕਿਹਾ ਵੀ ਜਿਹੜੀ ਐਵੋਲੂਸ਼ਨ ਆਫ ਮੈਨਕਾਈਂਡ ਕਿਵੇਂ ਹੋਈ ਆ, ਤਾਂ ਉਸਨੇ ਕੀ ਕੀਤਾ, ਸਾਰੀ ਚੀਜ਼ ਤਰਕ ਦੇ ਉੱਤੇ ਬੇਸ ਕਰਤੀ,
ਔਰ ਉਸ ਨੇ ਇੱਕ ਈਡੀਅਮ ਹੈ ਕਿ ਰਿਲੀਜਨ ਨੂੰ ਪੰਕਚਰ ਕਰ ਦਿੱਤਾ। ਲੋਕਾਂ ਦਾ ਬਿਲੀਫ ਸਿਸਟਮ ਸੀ ਐਡਮ ਐਂਡ ਈਵ ਦੇ ਉੱਤੇ ਵੀ ਇੱਕ ਐਡਮ ਐਂਡ ਈਵ ਹੋਏ ਆ, ਉਹਨਾਂ ਤੋਂ ਅੱਗੇ ਜਿਹੜੀ ਦੁਨੀਆ ਉਹ ਫੈਲੀ ਆ। ਇਸ ਨੇ ਕੀ ਕੀਤਾ, ਇਸ ਨੇ ਕਿਹਾ ਨਹੀਂ, ਜਿਹੜਾ ਸਪੀਸੀਜ਼ ਹੈਗੀਆਂ ਉਹਨਾਂ ਤੋਂ ਐਵੋਲੂਸ਼ਨ ਹੌਲੀ ਹੌਲੀ ਹੋ ਕੇ ਗ੍ਰੈਜੂਅਲੀ ਬਹੁਤ ਹਜ਼ਾਰਾਂ ਲੱਖਾਂ ਸਾਲਾਂ ਦੇ ਵਿੱਚ ਅੱਜ ਦੀ ਸ਼ੇਪ ਦੇ ਵਿੱਚ ਮੈਨਕਾਈਂਡ ਹੋਇਆ, ਆਦਮੀ ਆਇਆ। ਤਾਂ ਅੱਜ ਉਹ ਜਿਹੜੀ ਡਾਰਵਨ ਦੀ ਕਨਸੈਪਟ ਸੀ, ਉਹਦੀ ਦਲੀਲ ਬੜੀ ਸਟਰੋਂਗ ਸੀ, ਉਹਦਾ ਲੌਜਿਕ ਬੜਾ ਸਟਰੋਂਗ ਸੀ, ਉਹਦਾ ਸਾਇੰਟੀਫਿਕ ਐਕਸਪਲੇਨੇਸ਼ਨ ਬੜੀ ਸਟਰੋਂਗ ਸੀ। ਲੋਕਾਂ ਨੂੰ ਕੀ ਲਿਆ ਉਸਨੇ, ਡਾਰਵਨ ਨੇ? ਡਾਰਵਨ ਨੇ ਹੀ ਅੱਗੇ ਜਾ ਕੇ ਕਮਿਊਨਿਜ਼ਮ ਨੂੰ ਜਨਮ ਦਿੱਤਾ। ਤੋ ਉਸ ਤੋਂ ਬਾਅਦ ਕੀ ਹੋਇਆ, ਅੱਜ ਜਨੈਟਿਕ ਸਾਇੰਸ ਆ ਦੁਨੀਆ ਦੇ ਵਿੱਚ, ਜਿਸ ਜਨੈਟਿਕ ਸਾਇੰਸ ਨੇ ਡਾਰਵਿਨ ਨੂੰ ਜ਼ੀਰੋ ਕਰ ਦਿੱਤਾ ਹੈ। ਉਹ ਕਹਿੰਦੇ ਆ ਜੀਨਸ ਆਦਮੀ ਦੇ, ਇਸ ਜੀਨਸ ਆਦਮੀ ਤੋਂ ਹੀ ਆਦਮੀ ਦੇ ਵਿੱਚ ਆਏ ਆ, ਔਰ ਉਹ ਜਿਹੜੇ ਜਦੋਂ ਆਦਮੀ ਦੇ ਵਿੱਚ ਦੂਜੇ 'ਚ ਆਉਂਦੇ ਆ, ਉਹਨਾਂ ਦੀ ਆਪਣੀ ਕੁਆਲਿਟੀ ਹੁੰਦੀ ਆ, ਉਹਨਾਂ ਦਾ ਆਪਣਾ ਰੰਗ ਰੂਪ ਹੁੰਦਾ, ਉਹਨਾਂ ਦਾ ਆਪਣਾ ਬਿਹੇਵੀਅਰ ਡਿਫਰੈਂਟ ਹੁੰਦਾ ਹੈਗਾ। ਪਰ ਜਿਹੜਾ ਡਾਰਵਿਨ ਨੇ ਨੁਕਸਾਨ ਧਰਮ ਦਾ ਕੀਤਾ, ਦੁਨੀਆ ਦੇ ਬਿਲੀਫ ਸਿਸਟਮ ਨੂੰ ਜੋ ਉਸਨੇ ਪੰਕਚਰ ਕੀਤਾ, ਉਹ ਦੁਬਾਰਾ ਰਿਵਾਈਵ ਨਹੀਂ ਹੋ ਸਕਿਆ। ਅੱਜ ਨੌਨ ਬਿਲੀਵਰਸ, ਅੱਜ ਜਿਹੜੇ ਤਰਕ ਵਾਲੇ ਆ, ਉਹ ਛਾਲਾ ਮਾਰਦੇ ਫਿਰਦੇ ਆ ਖਾਮ ਖਾ, ਗੱਲ ਦੀ ਸਮਝ ਨਹੀਂ, ਗੱਲ ਦੀ ਪਕੜ ਨਹੀਂ। ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰਾਂ ਨੇ ਸਾਰੀਆਂ ਸਾਰੀਆਂ ਜ਼ਿੰਦਗੀਆਂ ਲਾ ਦਿੱਤੀਆਂ, ਉਹ ਪ੍ਰੋਫਿਟ ਨੂੰ ਸਮਝ ਨਹੀਂ ਸਕੇ, ਪ੍ਰੋਫਿਟ ਦੇ ਮਤਲਬ ਪੈਰਾਂ 'ਚ ਨਹੀਂ ਜਾ ਸਕੇ। ਮੈਂ ਵੀ ਆਪਣੀ ਜ਼ਿੰਦਗੀ ਦੇ 60 ਸਾਲ ਆਏ ਆ, ਮੇਰੀ ਕਿਤਾਬ ਆ ਕ੍ਰਿਟੀਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਜਿਸ ਦੇ ਵਿੱਚ ਸਾਡੇ ਦੁਸ਼ਮਣਾਂ ਨੇ, ਸਿੱਖਾਂ ਦੇ ਦੁਸ਼ਮਣਾਂ ਨੇ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀ ਮੈਟੀਰੀਅਲਿਸਟਿਕ ਇੰਟਰਪ੍ਰਟੇਸ਼ਨ ਹੀ ਸਿੱਖ ਧਰਮ ਦੀ ਹੋ ਸਕਦੀ ਹੈ। ਮੈਂ ਉਸ ਦੇ ਖਿਲਾਫ਼ ਲਿਖਿਆ ਕਿ ਸਪਿਰਚੁਅਲ ਅੰਡਰਸਟੈਂਡਿੰਗ ਆ, ਸਪਿਰਚੁਅਲ ਇੰਟਰਪ੍ਰਟੇਸ਼ਨ ਆ ਜਿਹੜੀ ਜ਼ਿਆਦਾ ਇੰਪੋਰਟੈਂਟ ਆ, ਜ਼ਿਆਦਾ ਇੰਫੈਟਿਕ ਆ, ਜ਼ਿਆਦਾ ਪ੍ਰਬਲ ਹੈ, ਜ਼ਿਆਦਾ ਸਟਰੋਂਗ ਆ, ਜ਼ਿਆਦਾ ਲਾਸਟਿੰਗ ਹੈਗੀ ਆ। ਤੋ ਅੱਜ ਜ਼ਰੂਰਤ ਹੈ ਕਿ ਦੋਨੇ ਜਣੇ ਸਹਿਨਸ਼ੀਲਤਾ ਦੇ ਨਾਲ ਆਪਣੀ ਹਉਮੈ ਨੂੰ ਅੱਡ ਰੱਖ ਕੇ ਸੋਚ ਕੇ ਵਿਚਾਰ ਕੇ ਗੱਲ ਕਰਨ, ਕੋਈ ਐਸੀ ਚੀਜ਼ ਨਾ ਕਰਨ ਜਿਹਦੇ ਨਾਲ ਸਿੱਖੀਜ਼ਮ ਨੂੰ ਨੁਕਸਾਨ ਹੋਵੇ। ਇਹਨਾਂ ਦੋਨਾਂ ਧਿਰਾਂ ਨੇ ਸਿੱਖੀ ਦਾ ਨੁਕਸਾਨ ਕਰਨਾ, ਸਿੱਖੀ ਨੂੰ ਮਤਲਬ ਭੰਬਲ ਭੂਸਿਆਂ 'ਚ ਪਾਉਣਾ। ਸਿੱਖਾਂ ਦੇ ਤਾਂ ਆਪਣੇ ਦੁਸ਼ਮਣ ਬਥੇਰੇ, RSS ਬੈਠੀ ਆ, BJP ਬੈਠੀ ਆ, ਹੋਰ ਲੋਕ ਬਹੁਤ ਬੈਠੇ ਆ, ਪਰ ਇਹ ਸਿੱਖੀ ਦਾ ਇਸ ਕਿਸਮ ਦੀ ਗੱਲਾਂ ਦੇ ਨਾਲ, ਦੂਸ਼ਣਬਾਜ਼ੀ ਦੇ ਨਾਲ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਕੇ, ਇੱਕ ਦੂਜੇ ਨੂੰ ਡਰਾਬੇ ਦੇ ਕੇ ਇਸ ਕਿਸਮ ਦਾ ਨੁਕਸਾਨ ਨਾ ਕਰਨ। ਸਿੱਖ ਆਲਰੇਡੀ ਰਿਸੀਵਿੰਗ ਐਂਡ 'ਤੇ ਆ, ਆਲ ਓਵਰ ਦੀ ਵਰਲਡ, ਅੱਜ ਦੁਨੀਆ ਦੇ ਵਿੱਚ ਸਿੱਖ ਵੰਡੇ ਜਾ ਚੁੱਕੇ ਆ ਜਗ੍ਹਾ ਜਗ੍ਹਾ ਇਸ ਇਸ਼ੂ ਦੇ ਉੱਤੇ। ਤੋ ਸਹਿਨਸ਼ੀਲਤਾ ਨਾਲ, ਸਬਰ ਸੰਤੋਖ ਦੇ ਨਾਲ ਆਪਣੀ ਹਮਾਂ ਤੋਂ ਉੱਪਰ ਉੱਠ ਕੇ ਇਸ ਗੱਲ ਨੂੰ ਨਜਿੱਠ ਲੈਣ, ਸਿਆਣੇ ਬੰਦਿਆਂ ਦੀ ਸਲਾਹ ਲੈਣ, ਕਿਸੇ ਸਾਡੇ ਇਸ ਕਿਸਮ ਦੇ ਜਿਹੜੇ ਧਾਰਮਿਕ ਇੰਸਟੀਟਿਊਸ਼ਨ ਆ ਉਹਨਾਂ ਨੂੰ ਨਹੀਂ ਸੱਟ ਵੱਜਣੀ ਚਾਹੀਦੀ, ਨਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਜਣੀ ਚਾਹੀਦੀ ਆ, ਨਾ ਸ਼੍ਰੀ ਦਰਬਾਰ ਸਾਹਿਬ ਨੂੰ ਵੱਜਣੀ ਚਾਹੀਦੀ ਆ, ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਨਾ ਸ਼ਬਦ ਨੂੰ। ਔਰ ਇਹ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਸ ਨੂੰ ਅਸੀਂ ਸਾਕਸ਼ਾਤ ਗੁਰੂ ਮੰਨਦੇ ਹਾਂ, ਲਿਵਿੰਗ ਕਾਰਪੋਰੇਟ ਗੁਰੂ ਮੰਨਦੇ ਹਾਂ, ਜਿਹੜਾ ਵਾਹਦ ਇੱਕੋ ਹੀ ਗ੍ਰੰਥ ਆ ਦੁਨੀਆ ਦੇ ਵਿੱਚ ਜਿਸ ਨੂੰ ਇਹ ਸਟੇਟਸ ਅਤੇ ਪੋਜੀਸ਼ਨ ਗੁਰੂ ਨੇ ਬਖਸ਼ੀ ਹੋਈ ਹੈ, ਉਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਉਹ ਸਾਡੇ ਵੱਸ ਦੀ ਗੱਲ ਨਹੀਂ ਹੈ, ਉਹ ਗੁਰੂ ਦਾ ਹੁਕਮ ਹੈ ਔਰ ਉਸ ਨੂੰ ਅਸੀਂ ਅਟਲ ਮੰਨਦੇ ਹਾਂ। ਤੋ ਇਸ ਕਰਕੇ ਮੇਰੀ ਇਹੀ ਅਖੀਰ ਦੇ ਵਿੱਚ ਬੇਨਤੀ ਆ ਕਿ ਭਾਈ ਇਸ ਨੂੰ ਜਿਹੜੇ ਸੂਝਵਾਨ ਸਿੱਖ ਆ, ਸਿਆਣੇ ਸਿੱਖ ਆ ਔਰ ਸਮਝਦਾਰ ਸਿੱਖ ਆ, ਉਹ ਇਹਨਾਂ ਦੋਨਾਂ ਧਿਰਾਂ ਨੂੰ ਸਮਝਾਉਣ ਕਿ ਭਾਈ ਸਬਰ ਰੱਖੋ, ਸੰਤੋਖ ਰੱਖੋ, ਕੰਟਰੋਲ ਰੱਖੋ, ਆਪਣੀ ਜ਼ਬਾਨ 'ਤੇ ਵੀ ਕੰਟਰੋਲ ਰੱਖੋ ਔਰ ਆਪਣੇ ਜੋ ਇਸ ਕਿਸਮ ਦੀਆਂ ਤੁਸੀਂ ਗੱਲਾਂ ਕਰਦੇ ਹੋ, ਹਥਿਆਰ ਉਠਾਉਂਦੇ ਹੋ, ਇਹਨਾਂ ਦੀ ਜ਼ਰੂਰਤ ਨਹੀਂ ਹੈ। ਇਹ ਸਿਰਫ ਗੁਰੂ ਨੂੰ ਸਮਰਪਿਤ ਹੋ ਕੇ ਹੀ ਸਬਰ ਸੰਤੋਖ ਦੇ ਵਿੱਚ ਰਹੋ,
ਗੁਰੂ ਦਾ ਭਾਣਾ ਮੰਨੋ, ਗੁਰੂ ਦੇ ਉੱਤੇ ਵਿਸ਼ਵਾਸ ਰੱਖੋ।